اللہ پاک نے مہربانی فرمائی، اپنی رحیمی تے کریمی دا صدقہ اپنے پیارے محبوب امام الانبیاء سید الانبیاء ختم نبوت دے تاجدار دا صدقہ، سال تو بعد اسی پھر آستان عالیہ شرقپور شریف عرس پاک دی محفل پاک حاضری دا شرف حاصل کر رہے ہیں۔ اللہ پاک میری جڑے جڑے میرے بیلی دور دراز تو آئے نے، اللہ پاک سب دی حاضری قبول فرمائے۔ عشاء دی نماز تو بعد
ਕੁਰਾਨੇ ਪਾਕ ਦੀ ਤਲਾਵਤ ਨਾਲ ਸ਼ਰੀਫ ਉਲਮਾਏ ਕਰਾਮ ਦਾ ਖਿਤਾਬ ਤੁਸੀਂ ਆਪਣੀ ਮਰਜ਼ੀ ਨਾਲ ਬੜਾ ਚੁੱਪ ਕਰਕੇ ਸੁਣਦੇ ਰਹੇ। ਅੱਲਾ ਤੁਹਾਡਾ ਸੁਣਨਾ ਕਬੂਲ ਫਰਮਾਏ। ਚੰਦ ਅਲਫਾਜ਼ ਗੁਫ਼ਤਗੂ ਵਾਸਤੇ ਐਜ਼ ਏ ਮਜ਼ੂ ਮੈਂ ਤਲਾਵਤ ਕੀਤੇ ਨੇ। ਇਰਾਦਾ ਵੀ ਇਹ ਕੁਛ ਬਿਆਨ ਕਰਨ ਦਾ, ਕੋਸ਼ਿਸ਼ ਵੀ ਕਰਨੀ ਹੈ। ਆਪ ਹਜ਼ਰਾਤ ਨੇ ਚੁੱਪ ਕਰਕੇ ਨਹੀਂ ਬਹਿਣਾ, ਥੋੜ੍ਹਾ ਜਿਹਾ ਉੱਚੀ ਬੋਲਣਾ ਅਤੇ ਮੈਂ ਕੋਸ਼ਿਸ਼ ਕਰਾਂਗਾ ਦੋ ਤਿੰਨ ਮਸਲੇ ਵਕਤ ਦੇ ਮੁਤਾਬਕ ਤੁਹਾਡੇ ਜ਼ੇਹਨ ਨਸ਼ੀਨ ਕਰਾ ਸਕਾਂ। ਗੁਫ਼ਤਗੂ ਦਾ ਆਗਾਜ਼ ਮੈਂ ਇੱਥੋਂ ਕਰਨ ਲੱਗਾ, ਜਿਵੇਂ ਅੱਲਾ ਦੀ ਜ਼ਾਤ ਹੱਕ ਏ ਇਵੇਂ ਉਹਦਾ ਕਲਾਮ ਵੀ ਹੱਕ ਏ। ਨਹੀਂ ਨਹੀਂ ਅਜੇ ਐਡੀ ਢਿੱਲੀ ਨਹੀਂ, ਜਰਾ ਠਹਿਰ ਜਾ। ਜਿਵੇਂ ਮੈਂ ਬੋਲਿਆ ਨੇ ਐਵੇਂ ਬੇਲੀਓ ਬੋਲੋ। ਅੱਲਾ ਦੀ ਜ਼ਾਤ ਵੀ ਹੱਕ ਏ। ਵੇਖੋ ਮੇਰੀ ਬਾਤ ਸੁਣੋ, ਸਾਲ ਬਾਅਦ ਪੀਰ ਦਾ ਉਰਸ ਹੈ ਤੇ ਢਿੱਲੀਆਂ ਢਿੱਲੀਆਂ ਤਕਰੀਰਾਂ ਸੋਹਣੀਆਂ ਸੋਹਣੀਆਂ ਉਂਝ ਬੜੀਆਂ ਸੋਹਣੀਆਂ। ਇਹ ਤੁਸੀਂ ਵੀ ਬੜਾ ਆਰਾਮ ਕਰ ਲਿਆ ਤੇ ਉਦੋਂ ਦਾ ਮੈਂ ਵੀ ਸਟੇਜ ਤੇ ਬੈਠਾ ਉੱਠ ਕੇ ਗਿਆ ਨਹੀਂ ਤੇ ਹੁਣ 50-55 ਸਾਲ ਹੋ ਗਏ ਨੇ ਤਕਰੀਰਾਂ ਕਰਦਿਆਂ ਤੇ 52-53 ਸਾਲ ਹੋ ਗਏ ਨੇ ਉਰਸ ਤਿਉਹਾਰ ਨਹੀਂ ਦਿੰਦਿਆਂ। ਤੇ ਇਹ ਤੁਹਾਨੂੰ ਪਤਾ ਹੈ ਜਿੰਨਾ ਚਿਰ ਸਾਲ ਚੱਲਦਾ ਬੇਲੀ ਉਹ ਨਾ ਤੁਹਾਨੂੰ ਢਿੱਲੀਆਂ ਹੋਣ ਦੇਣਾ ਤੇ ਨਾ ਢਿੱਲਾ ਮੈਂ ਬੋਲਣਾ। ਉਹ ਭਾਈਆ ਉੱਚੀ ਉੱਚੀ ਬੋਲਣਾ, ਅੱਲਾ ਦੀ ਜ਼ਾਤ ਵੀ ਖੁਸ਼ ਕੀਤਾ ਜੇ ਮਜ਼ਾ ਜੇ ਪਤਾ ਲੱਗੇ ਸਰਕਾਰ ਦੇ ਦੀਵਾਨੇ ਆਪਣੇ ਪੀਰ ਦੇ ਆਸਥਾਨੇ ਤੇ ਆਏ ਨੇ। ਜਿਵੇਂ ਅੱਲਾ ਦੀ ਜ਼ਾਤ ਹੱਕ ਏ ਇਵੇਂ ਉਹਦਾ ਕਲਾਮ ਵੀ ਹੱਕ ਏ। ਵੱਲਜ਼ੀ ਜਾ ਬਿਸਿਦਕ, ਹੁਣੇ ਮੌਲ ਸਾਹਿਬ ਇਸ ਐਤ ਦੇ ਮੁਤਾਬਕ ਕੁਛ ਬਿਆਨ ਕਰ ਰਹੇ ਸਨ, ਬਲਕਿ ਮੈਂ ਇੰਝ ਕਰਾਂਗਾ ਜਿਵੇਂ ਅੱਲਾ ਦੀ ਜ਼ਾਤ ਬੇਮਿਸਾਲ ਏ ਉਹਦਾ ਕਲਾਮ ਵੀ ਬੇਮਿਸਾਲ ਏ। ਫਾਤੂ ਬਸੂਰਤ ਮਿਨ ਮਿਸਲਿਹੀ, ਜਿਵੇਂ ਅੱਲਾ ਦੀ ਜ਼ਾਤ ਕੋਈ ਸ਼ੱਕ ਨਹੀਂ ਬੇਲੀਓ, ਲਾ ਰੈਬਾ ਫੀ ਅੱਲਾ ਦੀ ਜ਼ਾਤ ਚ ਵੀ ਕੋਈ ਸ਼ੱਕ ਨਹੀਂ। ਇਹ ਬਿਆਨ ਕਰਨ ਦਾ ਕਹਿਣ ਦਾ ਸਵਾਬ ਤੇ ਆਈ ਹੈ, ਮੇਰਾ ਮਕਸਦ ਕੀ ਹੈ? ਹਜ਼ਰਤ ਬਹੁਤ ਤਵੱਜੋ ਬਹੁਤ ਤਵੱਜੋ, ਜਿਹੜਾ ਮਸਲਾ ਕੁਰਾਨ ਦੀ ਇੱਕ ਐਤ ਪੜ੍ਹੀਏ ਤੇ ਥੱਲੇ ਤਰਜਮਿਆਂ ਪੜ੍ਹ ਕੇ ਹੀ ਪਤਾ ਲੱਗ ਜੇ ਮਸਲਾ ਕੀ ਏ, ਇਹ ਤੋਂ ਬਾਅਦ ਕਿਸੇ ਦਲੀਲ ਦੀ ਜ਼ਰੂਰਤ ਨਹੀਂ। ਮੱਠੇ ਨਾ ਹੋਇਆ ਜੇ ਦਲੀਲ ਦੀ ਜ਼ਰੂਰਤ
ਨਹੀਂ। ਕੁਰਾਨ ਤੋਂ ਬਾਅਦ ਜਿਹੜਾ ਮਸਲਾ ਸਹੀ ਹਦੀਸ ਚ ਹੋਵੇ, ਕਿਸੇ ਹੋਰ ਦਲੀਲ ਦੀ ਜ਼ਰੂਰਤ ਨਹੀਂ। ਇੱਥੇ ਇੱਕ ਮੈਂ ਬਾਤ ਤੁਹਾਨੂੰ ਅਰਜ਼ ਕਰਿਆ, ਜਿਹਦੀ ਵਜ੍ਹਾ ਤੋਂ ਬਦ ਅਕੀਦਾ ਕਾਮਯਾਬ ਹੋ ਰਿਹਾ ਹੈ, ਬਦ ਅਕੀਦਾ ਜਿਹਦਾ ਸਹਾਰਾ ਲੈ ਕੇ ਬਿਆਨ ਕਰਦਾ ਪਿਆ, ਉਹ ਸਾਜ਼ਿਸ਼ ਮੈਂ ਤੁਹਾਡੇ ਸਾਹਮਣੇ ਬੇਨਕਾਬ ਕਰਨ ਲੱਗਾ। ਇਸ ਵਾਸਤੇ ਕਿ ਮੇਰੇ ਬੇਲੀ ਸੰਗੀ ਅਹਲੇ ਸੁਨਤ ਗੁਮਰਾਹੀ ਤੋਂ ਬਚ ਜਾਣ। ਹਜ਼ਰਤ ਬੜੀ ਤਵੱਜੋ, ਬੜੀ ਤਵੱਜੋ, ਜਿਹੜਾ ਮੌਲਵੀ ਸਾਹਿਬ ਗੱਲ ਕਰੇ ਅਕੀਦੇ ਦੀ ਤੇ ਦਲੀਲ ਦੇਵੇ ਮੁਅਰਖ, ਗੱਲ ਕਰੇ ਅਕੀਦੇ ਦੀ ਦਲੀਲ ਦੇਵੇ ਕਿਸੇ ਮਿਆਣੇ ਦੀ ਕਿਤਾਬ, ਉਹਨੂੰ ਜਾਹਿਲ ਵੀ ਨਾ ਕਿਹਾ ਜੇ, ਉਹਨੂੰ ਜਾਹਿਲ ਕਹਿਣਾ ਵੀ ਇਸ ਲਫ਼ਜ਼ ਦੀ ਤੁਹੀਨ ਹੈ। ਉਸ ਬੇਵਕੂਫ ਨੂੰ ਕਿਸੇ ਇਹ ਨਹੀਂ ਦੱਸਿਆ ਅਕੀਦੇ ਵਾਸਤੇ ਮੁਅਰਖ ਨਹੀਂ ਬਿਆਨ ਕਰੀਦਾ, ਅਕੀਦੇ ਵਾਸਤੇ ਤਾਰੀਖ ਨਹੀਂ ਬਿਆਨ ਕਰੀਦੀ, ਕਿਸੇ ਕਹਾਣੀਆਂ ਨਹੀਂ ਬਿਆਨ ਕਰੀਦੇ। ਜਦੋਂ ਅਕੀਦਾ ਬਿਆਨ ਕਰਨਾ ਹੋਵੇ, ਜਾਂ ਅੱਲਾਹ ਦਾ ਕੁਰਾਨ ਪੜ੍ਹ ਕੇ ਸੁਣਾ, ਜਾਂ ਹਜ਼ੂਰ ਦਾ ਫਰਮਾਨ ਪੜ੍ਹ ਕੇ ਸੁਣਾ। ਜਿਹਨੂੰ ਸਮਝ ਆਈ ਹੱਥ ਚੁੱਕ ਕੇ ਸੁਭਾਣ ਅੱਲਾਹ ਕਵੇ। ਇਹ ਗੱਲ ਮੇਰੀ ਯਾਦ ਰੱਖਿਆ ਜੀ, ਕਿੱਸੇ ਕਹਾਣੀਆਂ ਪੜ੍ਹ ਪੜ੍ਹ ਕੇ ਯਾਦ ਰੱਖਿਆ ਜੇ ਮੁਸਲਮਾਨੋ। ਮੇਰੇ ਵੱਲ ਵੇਖੋ, ਐਡੇ ਐਡੇ ਲੰਮੇ ਲੰਮੇ ਮੌਲਵੀਆਂ ਮੇਜ਼ ਪਰ ਆਏ ਨੇ, ਅੱਗੇ ਕਿਤਾਬਾਂ ਜੋੜੀਆਂ ਹੁੰਦੀਆਂ ਨੇ, ਵਿੱਚੋਂ ਦੀ ਮੂੰਹ ਕੱਢਿਆ ਹੁੰਦਾ ਹੈ, ਐ ਕਿਤਾਬ ਇੰਨਾ ਸਵਾ ਫਲਾਂ ਸਨ ਫਲਾਂ ਲਿਖੀ ਗਈ। ਅਗਰ ਕੁਰਾਨ ਦੀ ਐਤ ਦੇ ਖਿਲਾਫ ਹੈ, ਅਗਰ ਹਦੀਸੇ ਮੁਸਤਫਾ ਦੇ ਖਿਲਾਫ ਹੈ ਉਹ ਕਿਤਾਬ, ਤੇ ਮੈਂ ਕਹਿੰਦਾ ਉਹਨਾਂ ਲੈ ਜਾ ਇਸ ਕਿਤਾਬ ਨੂੰ, ਮੈਂ ਨਹੀਂ ਮੰਨਦਾ। ਪੂਰੀ ਦੁਨੀਆ ਦੇ ਮਿਆਣੇ ਇੱਕ ਪਾਸੇ, ਪੂਰੀ ਦੁਨੀਆ ਦੇ ਮੁਰਰਕ ਇੱਕ ਪਾਸੇ, ਤਾਰੀਖ ਹੁਜਤ ਨਹੀਂ ਹੋਤੀ, ਤਾਰੀਖ ਦਲੀਲ ਨਹੀਂ ਹੋਤੀ, ਤਾਰੀਖ ਮੁਸੰਨਫ ਕੀ ਆਇਨਾ ਦਾਰ ਹੋਤੀ ਹੈ। ਜੋ ਮੁਸੰਨਫ ਕਾ ਜ਼ਹਿਨ ਹੈ ਵੋ ਤਾਰੀਖ ਹੈ। ਤਾਰੀਖ ਮਿਸਾਲ ਦੇਨਾ ਪੁੱਟੋ ਦੇ ਖਿਲਾਫ ਵੀ ਹੈ ਤੇ ਹਮਾਇਤ ਚ ਵੀ ਹੈ, ਤਾਰੀਖ ਅਯੂਬ ਦੀ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ, ਤਾਰੀਖ ਮੁਸ਼ਰਫ ਦੀ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ। ਇਹ ਮਿਸਾਲ ਦੇਨਾ ਪਿਆ, ਜਿਹੜੀ ਗੱਲ ਸਮਝਾਉਣਾ ਹੋਇਆ ਵੇ, ਇਹ ਤਾਰੀਖ ਹੈ ਸਦੀਕੀ ਅਕਬਰ ਦੀ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ, ਤਾਰੀਖ ਉਮਰੇ ਫਾਰੂਕ ਦੀ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ, ਤਾਰੀਖ ਉਸਮਾਨ ਗਨੀ ਮੌਲਾ ਅਲੀ ਮੌਲਾ ਹਸਨ ਮੌਲਾ ਹੁਸੈਨ ਹਜ਼ਰਤ ਅਮੀਰੇ ਮਾਵੀਆ, ਇਹ ਤਾਰੀਖ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ, ਤਾਰੀਖ ਇਹ ਯਜ਼ੀਦ ਦੀ ਮੁਖਾਲਫਤ ਵੀ ਕਰਦੀ ਹੈ ਹਮਾਇਤ ਵੀ ਕਰਦੀ ਹੈ। ਬੇਲੀਓ, ਸਾਰੀ ਦੁਨੀਆ ਦੀਆਂ ਤਾਰੀਖਾਂ ਤੇ ਮੁਅਰਖ ਝੂਠੇ ਹੋ ਸਕਦੇ ਨੇ, ਅੱਲਾ ਦਾ ਕੁਰਾਨ ਵੀ ਸੱਚਾ ਹੈ, ਮਦੀਨੇ ਵਾਲੇ ਦਾ ਫਰਮਾਨ। ਹੁਣ ਸਮਝ ਆਈ ਜੇ ਮੇਰੀ ਬਾਤ ਦੀ? ਜਿਹਨੂੰ ਸਮਝ ਆਈ ਆ ਚੁੱਕ ਸੁਭਾਣ ਲਾਕੋ, ਸੁਆਬ ਵੀ ਲਵੋ ਨਾਲੇ ਬੇਦਾਰ ਹੋਵੋ। ਸਰਗੀ ਵੇਲਾ ਬੇਦਾਰ ਹੋਣ ਦਾ ਵੇਲਾ,
ਇਸ ਵਾਸਤੇ ਗੱਲ ਯਾਦ ਰੱਖਿਆ ਗਿਆ, ਛੇੜੀ ਚੀਜ਼ ਕੁਰਾਨ ਪੜ੍ਹੇ ਹੀ ਪਤਾ ਲੱਗ ਜਾਏ ਕੀ ਲਿਖਿਆ। ਕੋਈ ਕਿਤਾਬ ਦਾ ਹਵਾਲਾ ਨਾ ਮੰਨਿਆ ਜੇ ਜਿਹੜਾ ਹਦੀਸ ਦੇ ਖਿਲਾਫ ਹੋਵੇ ਜਾਂ ਕੁਰਾਨ ਦੀ ਯਾਦ ਦੇ ਖਿਲਾਫ ਹੋਵੇ, ਸਾਰੇ ਹਵਾਲੇ ਗਲਤ ਹੋ ਸਕਦੇ ਨੇ। ਕੁਰਾਨ ਵੀ ਸੱਚਾ ਹੈ, ਮਦੀਨੇ ਵਾਲੇ ਦਾ ਫਰਮਾਨ ਵੀ ਸੱਚਾ ਹੈ। ਜਿਹੜਾ ਮਸਲਾ ਮੈਂ ਬਿਆਨ ਕਰਨਾ ਚਾਹੁੰਦਾ ਤਵਜੋ ਕਰੀਏ। ਵਾਇਦਾ ਕਜ਼ੱਲਾਹੁ ਮੀਸਾ ਕਨ ਨਬੀ ਮੌਲਵੀ ਦੋ ਤਰ੍ਹਾਂ ਟਿੱਲੇ ਪੈ ਗਏ, ਥੱਕ ਗਏ ਹੋ? ਉੱਚਾ ਕੋ ਸੁਭਾਨ ਅੱਲਾਹ, ਮੈਂ ਕਹੀ ਟਿੱਲੇ ਨਾ ਪਿਆ ਜੇ, ਤੁਸੀਂ ਢਿੱਲੇ ਪੈ ਗਏ ਤੇ ਮੈਂ ਅੱਗੇ ਢਿੱਲਾ ਹੋਇਆ ਹੋਣਾ। ਮਜ਼ੇ ਨਾਲ ਤਵੱਜੋ ਨਾਲ, ਜੇ ਲੋਕ ਆਪਣੇ ਸਿਆਸੀ ਜਲਸਿਆਂ ਚ ਉੱਠ ਕੇ ਨੱਚ ਸਕਦੇ ਨੇ, ਤੁਸੀਂ ਉਰਸ ਅੰਦਰ ਸੁਭਾਨ ਅੱਲਾਹ ਵੀ ਨਹੀਂ ਕਹਿ ਸਕਦੇ? ਹੋਸ਼ ਨਾ ਬੈਠੋ। وَإِذَا قَضَى اللَّهُ مِيثَاقَ النَّبِيِّ ਇਹਦਾ ਤਰਜਮਾ ਇਹ ਵੇ, ਅੱਲਾ ਫਰਮਾਂਦਾ ਮਹਬੂਬਾ ਇਹ ਮੇਰੇ ਆ ਸੋਹਣਿਆਂ ਵਦੋਹਾ ਦੇ ਚਿਹਰੇ ਵਾਲੇ ਆ, ਹਾਮੀਮ ਦੀਆਂ ਕੁੰਡਲਾਂ ਵਾਲਿਆ, ਯਾਸੀ ਦੀਆਂ ਸੇਰੀਆਂ ਵਾਲਿਆ, ਓ ਵੇਲਾ ਯਾਦ ਕਰ, ਓ ਵੇਲਾ ਯਾਦ ਕਰ ਸੁਣਿਆ, ਓ ਵੇਲਾ ਯਾਦ ਕਰ ਜਦੋਂ ਮੈਂ ਨਬੀਆਂ ਕੋਲੋਂ ਵਾਅਦਾ ਲਿਆ। ਪਿਛਲੇ ਥੱਕ ਗਏ ਹੋ, ਇਹਨਾਂ ਲਫ਼ਜ਼ਾਂ ਤੇ ਹਜ਼ਰਤ ਗੌਰ ਕਰੋ ਜ਼ਰਾ। ਇਹ ਮੈਂ ਤਕਰੀਬ ਤਾਂ ਕਿਉਂ ਸ਼ੁਰੂ ਕੀਤੀ ਹੈ? ਅੱਜ 7 ਸਤੰਬਰ ਹੋ ਗਈ ਹੈ, 50 ਸਾਲ ਹੋ ਚੁੱਕੇ ਨੇ ਅਕਾਬਰੀ ਦੇ ਅਹਲੇ ਸੁਨਤ, ਮਸ਼ਾਇਖ ਅਹਲੇ ਸੁਨਤ, ਉਲਮਾ ਅਹਲੇ ਸੁਨਤ, ਅਵਾਮੀ ਅਹਲੇ ਸੁਨਤ ਨੇ ਮਿਰਜ਼ੇ ਕਾਦੀਆਨੀ ਦੇ ਖਿਲਾਫ ਤਾਰੀਖੇ ਖਤਮੇ ਨਬੂਵਤ ਚਲਾਈ। ਪਹਿਲੇ ਵੀ ਚੱਲੀ, ਫਿਰ ਚੁਰਸਤਾ ਚੱਲੀ, ਬੜੇ ਬੜੇ ਅਕਾਬਰੀਨ, ਬੜੇ ਬੜੇ ਮਸ਼ਾਇਖ, ਇੱਕ ਇੱਕ ਦਾ ਨਾਂ ਲਵਾਂ ਤੇ ਬੜੀ ਲੰਬੀ ਫਰਿਸ਼ਤੇ, ਅੱਲਾ ਸਾਰਿਆਂ ਦੇ ਦਰਜਾਤ ਬੁਲੰਦ ਫਰਮਾਏ, ਸਭ ਜਿਹੜੇ ਨੇ ਅੱਲਾ ਜਜ਼ਾਏ ਖੈਰ ਅਤਾ ਫਰਮਾਏ, ਆਵਾਮ ਨੂੰ ਵੀ ਜਜ਼ਾਏ ਖੈਰ ਅਤਾ ਫਰਮਾਏ, ਗਲੀ ਗਲੀ ਨਗਰ ਨਗਰ ਤਰੀਕੇ ਖਤਮੇ ਨਬੂਵਤ ਚੱਲੀ। ਉਹਦੇ ਕਾਇਦ ਇਮਾਮ ਸ਼ਾਹ ਨੂਰਾਨੀ ਸਨ, ਮੌਲਾਨਾ ਅਬਦਸਤਾਰ ਰਿਆਦੀ ਸਨ, ਦੀਗਰ ਬਜ਼ੁਰਗ ਸਨ। ਇਹ ਜਦੋਂ ਬਿੱਲ ਪੇਸ਼ ਹੋਇਆ, ਉਹ 74 ਨੂੰ 7 ਸਤੰਬਰ ਨੂੰ ਜ਼ੁਲਫਕਾਰ ਅਲੀ ਭੱਟੋ ਵਜ਼ੀਰ ਆਜ਼ਮ ਸੀ ਤੇ ਉਹਨੇ ਲਿਖ ਕੇ ਦੇ ਦਿੱਤਾ, ਕਾਨੂੰਨ ਪਾਸ ਹੋ ਗਿਆ, ਮਰਦਈ ਮੁਸਲਮਾਨ ਨਹੀਂ ਕਾਫਰ ਨੇ, ਦਾਰਾ ਇਸਲਾਮ ਤੋਂ ਖਾਰਜ। ਇੱਕ ਤੇ ਮੈਂ ਬਿਆਨ ਕਰਨਾ ਹੈ, ਹਜ਼ਰਤ ਤਵੱਜੋ ਨਾਲ ਸੁਣਨਾ, ਤਰੀਕੇ ਖਤਮੇ ਨਬੂਵਤ ਨੇ ਇੱਕ ਤੋਂ ਗੱਲਾਂ ਤੋਂ ਦੱਸਣੀਆਂ ਔਰ ਮਕਾਮੇ ਨਬੂਵਤ ਦੇ ਹਵਾਲੇ ਨਾਲ
ਜੇ ਥੱਕਿਆ ਨਾ ਤੇ ਫਿਰ ਇੱਕ ਹੋਰ ਗੱਲ ਵੀ ਕਰਾਂਗਾ। ਜਿਹਨੇ ਤਵੱਜੋ ਨੇ ਸੁਣਿਆ ਚੁੱਕ ਕੇ ਬੋਲੋ ਸੁਭਾਨ ਅੱਲਾਹ। ਨਹੀਂ ਜ਼ੋਰ ਨਹੀਂ, ਇੱਥੋਂ ਤੱਕ ਆਵਾਜ਼ ਪਹੁੰਚੀ, ਇੱਥੋਂ ਤੱਕ। ਮੈਂ ਵੀ ਇੰਜ ਨਹੀਂ ਖਲੋ ਕੇ ਤੇਰੇ ਸੱਲ ਹੋਏ ਨੇ ਚੰਗਾ ਟੇਲਰ ਮੁੰਡਾ, ਪੰਜ ਵਾਰੀ ਨਾਰਾ ਮਾਰੋ। ਨਹੀਂ ਉੱਚਾ ਉੱਚਾ ਹੱਥ ਚੁੱਕ ਕੇ ਠਹਿਰੋ ਠਹਿਰੋ ਮੌਲੀ ਸਾਹਿਬ, ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ। ਤਸੱਲੀ ਨਾਲ ਇੱਕ ਬੰਦਾ ਨਾਰਾ ਮਾਰੋ ਤੇ ਜਿਹਨੇ ਹਜ਼ੂਰ ਦੇ ਨਾਂ ਤੇ ਵੀ ਨਾ ਬੋਲਣਾ ਉਹਨੂੰ ਇੱਥੋਂ ਕੁਝ ਨਹੀਂ ਲੱਭਣਾ। ਹੁਣੇ ਨਾਰਾ ਮਾਰ, ਮਾਸ਼ਾਅੱਲਾ। ਜਜ਼ਾਕ ਅੱਲਾ, ਬੈਠ ਜਾਓ, ਹੈਰਾ ਤਵੱਜੋ ਸੁਣੋ। وَإِذَا أَخَذَ اللَّهُ مِيثَاقَ النَّبِيِّينَ، حضرت توجہ کرو، اجے کوئی نبی دنیا تے نہیں آیا، مشرق تو لے کے مغرب تک، شمال تو لے کے جنوب تک، ਗੋਰਾ ਕਾਲਾ ਅਰਬੀ ਅਜਮੀ، ਅਹਲੇ ਸੁਨਨਤ ਵਾ ਜਮਾਤ ਤੋਂ ਇਲਾਵਾ ਇਹ ਜਿੰਨੇ ਵੀ ਫਿਰਕੇ ਤੇ ਫਿਰਕੀਆਂ ਨੇ ਇਹਨਾਂ ਦੇ ਕਿਸੇ ਮਿਆਣੇ ਨੂੰ ਪੁੱਛ ਲਓ ਆਹ ਜਿਹੜਾ ਜ਼ਿਕਰ ਏ। ਅੱਲਾ ਫਰਮਾਂਦਾ ਜਦੋਂ ਮੈਂ ਨਬੀਆਂ ਕੋਲੋਂ ਵਾਅਦਾ ਲਿਆ ਇਹ ਗੱਲ ਕਦੋਂ ਦੀ ਏ, ਇਹ ਸਾਰੇ ਕਹਿਣਗੇ ਆਲਮੇ ਅਰਵਾ ਦੀ ਏ। ਬੋਲੋ ਬੋਲੋ ਕਿਹੜੀ ਏ ਆਲਮੇ, ਮਜ਼ਾ ਨਹੀਂ ਆਇਆ। ਆਲਮੇ ਅਜੇ ਦੁਨੀਆਂ ਤੇ ਕੁਛ ਨਹੀਂ، ਕੋਈ ਇਨਸਾਨ ਨਹੀਂ، ਕੋਈ ਉਮਤ ਨਹੀਂ، ਕੋਈ ਕਿਤਾਬ ਨਹੀਂ، ਕੋਈ ਸਹੀਫਾ ਨਹੀਂ، ਕੋਈ ਕਲਮਾ ਨਹੀਂ، ਕੋਈ ਸ਼ਰੀਅਤ ਨਹੀਂ، ਅਜੇ ਕੋਈ ਦੁਨੀਆਂ ਤੇ ਰੱਬ ਨੇ ਨਬੀ ਨਹੀਂ ਭੇਜਿਆ। ਇਹ ਬਾਤ ਆਲਮੇ ਰਵਾ ਦੀਏ ਵਾਲਿਓ ਮੇਰੀ ਮਿਹਨਤ ਆ ਨਾ ਕਰਨਾ। ਪਤਾ ਲੱਗਾ ਨਬੀ ਜ਼ਰੂਰੀ ਨਹੀਂ ਵਜੂਦ ਚ ਦੁਨੀਆ ਤੇ ਆਏ ਤੇ ਨਬੀ ਹੁੰਦਾ ਹੈ। ਜਿਹਨੂੰ ਰੱਬ ਨਬੀ ਬਣਾਏ ਉਹ ਆਲਮੇ ਰਵਾ ਨਬੀ। ਜਿਹਨੂੰ ਸਮਝ ਆਈਏ ਜ਼ੋਰ ਨਾ ਬੋਲੇ, ਉਹ ਆਲਮੇ ਰਵਾ ਵੀ ਨਬੀ ਹੈ। ਪਹਿਲੇ ਮਸਲੇ ਯਾਦ ਰੱਖ ਲਓ, ਨਬੀ ਆ ਕੇ ਨਹੀਂ ਬਣਦਾ, ਨਬੀ ਆ ਕੇ ਨਹੀਂ ਬਣਦਾ। ਨਬੀ ਹੋਵੇ ਜਿਹੜਾ ਆਲਮੇ ਰਵਾਜ ਵੀ ਨਬੀ ਸੀ, ਜਿਹੜਾ ਆਲਮੇ ਅਰਵਾਜ ਵੀ ਨਬੀ ਸੀ। ਨਬੀ ਆ ਕੇ ਨਹੀਂ ਬਣਦਾ, ਪਤਾ ਨਹੀਂ ਕਿਸ ਬੇਵਕੂਫ ਨੇ ਇਹਨਾਂ ਨੂੰ ਦੱਸ ਚੜਿਆ। ਯਕੀਨ ਕਰੋ ਬੇਲੀਓ, ਕੁਰਾਨੇ ਪਾਕ ਚ ਕੋਈ ਐਤ ਨਹੀਂ, ਕੁਰਾਨੇ ਪਾਕ ਚ ਇੱਕ ਵੀ ਐਤ ਨਹੀਂ ਜਿਹਦਾ ਇਹ ਤਰਜਮਾ ਹੋਵੇ ਕਿ ਵਹੀ ਆਇਆ ਨਬੀ ਬਣਦਾ ਹੈ। ਇਹ ਕੁਰਾਨ ਚ ਐਤ ਕੋਈ ਨਹੀਂ, ਉਹ ਵਹੀ ਤੇ ਹੁੰਦਾ। ਹੁਣ ਐਲਾਨ ਕਰ ਨਬੀ ਤੇ ਆਲਮੇ ਰਵਾ ਦਾ ਨਬੀ ਹੈ, ਨਬੀ ਆਕ ਨਹੀਂ ਬਣਦਾ। ਹਦੀਸ ਚ ਵੀ ਕੋਈ ਨਹੀਂ,
ਕਿ ਮੈਂ 40 ਸਾਲਾਂ ਬਾਅਦ ਜਦੋਂ ਵਹੀ ਆਈ ਉਦੋਂ ਨਬੀ ਬਣਿਆ। ਹਦੀਸ ਚ ਕੋਈ ਨਹੀਂ, ਹਦੀਸ ਦੇ ਅੰਦਰ ਨੇ ਕੁੰਤੁ ਨਬੀ ਮਾਦੁ ਬੈਨਰ ਮਾਇ ਵਕਤੀਨ ਕੁੰਤੁ ਨਬੀ ਮਾਦੁ ਬੈਨਰ ਰੂਹੇ ਵਾ ਜਸਦ। ਹਜ਼ੂਰ ਨੇ ਫਰਮਾਇਆ ਮੈਂ ਤੇ ਉਦੋਂ ਦਾ ਨਬੀ ਆ ਜਦੋਂ ਆਦਮ ਅਲੈ ਸਲਾਮ ਪਾਣੀ ਔਰ ਮਿੱਟੀ ਦੇ ਦਰਮਿਆਨ ਸਨ। ਬਲਕਿ ਇੱਕ ਲਫ਼ਜ਼ ਸੁਣੋ ਫਿਰ ਮੈਂ ਪੜਾਂ, ਮੇਰੇ ਆਕਾ ਉਦੋਂ ਵੀ ਨਬੀ ਸਨ ਜਾਂ ਖੁਦਾ ਸੀ ਜਾਂ ਮੁਸਤਫਾ ਦੀ ਜ਼ਾਤ। ਉਦੋਂ ਵੀ ਨਬੀ ਸਨ, ਤਵਜੋ ਹੈ ਮੇਰੇ ਯਾਰ, ਇਹਦੇ ਤੇ ਮੈਂ ਕੈਦ ਪੜ੍ਹਦੇ ਹਾਂ ਤੁਹਾਨੂੰ ਤਸੱਲੀ ਹੋ ਜਾਏ। ਪਹਿਲੇ ਇੱਕ ਕੈਦ ਇਹਦੇ 23 ਪੜ੍ਹਨਾ, ਸਵਾਬ ਜ਼ਿਆਦਾ ਹੋ ਜਾਏਗਾ। ਹਰ ਬੰਦਾ ਪੜ੍ਹਦਾ, ਹਰ ਬੰਦੇ ਨੂੰ ਲਫ਼ਜ਼ ਹੀ ਆਉਂਦੇ ਨੇ ਅਲਹਮਦੁਲਿਲਾਹ ਰੱਬਿਲ ਆਲਮੀ। ਹੁਣ ਮੈਂ ਤੁਹਾਡੇ ਕੋਲ ਨਾਲ ਨਾਲ ਪੁੱਛਣਾ, ਇਨਸ਼ਾਅੱਲਾ ਤੁਸੀਂ ਉੱਚੀ ਬੋਲਣਾ। ਪਹਿਲੇ ਬੰਦੇ ਤੁਲਾ ਤੇ ਆਖਰੀ ਤੱਕ ਵੇਲੀਓ ਦੱਸੋ, ਰੱਬ ਪਹਿਲਾਂ ਕਿ ਆਲਮੀਨ ਪਹਿਲਾਂ? ਨਹੀਂ ਆਵਾਜ਼ ਨਹੀਂ ਆਈ ਮੈਨੂੰ ਤੱਕ। ਰੱਬ ਪਹਿਲਾਂ ਕਿ ਆਲਮੀਨ ਪਹਿਲਾਂ? ਕਿਸੇ ਨੂੰ ਕੋਈ ਇਖਤਲਾਫ ਹੈ? ਵੇਖੋ ਅੰਦਰੋਂ ਘੋੜਿਆਂ ਦੀ ਗੱਲ ਸੁਣਾਵਾ ਤੁਹਾਨੂੰ। ਵਮਾ ਅਰ ਸੱਲਾ ਕਾ ਇਲਾ ਰਹਿਮਤ ਲਿਲ ਆਲਮੀ। ਰੱਬ ਪਹਿਲਾਂ ਕਿ ਆਲਮੀਨ ਪਹਿਲਾਂ? ਉੱਚਾ ਬੇਲੀਓ ਬਾਰ ਬਾਰ ਰਖਵਾਓ, ਰੱਬ ਪਹਿਲਾਂ ਕਿ ਆਲਮੀਨ ਪਹਿਲਾਂ? ਬਦ ਨਸੀਬਾ ਜੇ ਇਹ ਮੰਨ ਲਈ ਤੇ ਇਹ ਵੀ ਮੰਨ ਲੈ ਰਹਿਮਤ ਪਹਿਲਾਂ ਆਲਮੀਨ ਬਾਦ ਅੰਦਰ ਏ, ਇੱਥੇ ਰੱਬ ਪਹਿਲਾਂ ਤੇ ਆਲਮੀਨ ਬਾਦ ਅੰਦਰ ਏ, ਇਹ ਰਹਿਮਤ ਪਹਿਲਾਂ ਤੇ ਆਲਮੀਨ ਬਾਦ ਅੰਦਰ ਏ। ਉਹ ਵੀ ਕੁਰਾਨ ਦੀ ਐਤ, ਇਹ ਵੀ ਕੁਰਾਨ ਦੀ ਐਤ, ਇਹ ਮੰਨਣਾ ਇਹ ਛੱਡਣਾ, ਇਹ ਵੇ ਲੋਦਰਾ ਤੇਰੀ ਬਦਨਸੀਬੀ ਦੀ ਇੰਤਹਾ ਏ। ਓਏ ਓ ਰੱਬੁਲ ਆਲਮੀਨ, ਓ ਰਹਿਮਤ ਲਿਲ ਆਲਮੀਨ, ਉਹ ਵੀ ਆਲਮੀਨ ਤੋਂ ਪਹਿਲੇ, ਇਹ ਵੀ ਆਲਮੀਨ ਤੋਂ ਪਹਿਲੇ, ਕਿਉਂਕਿ ਸਿਫਤ ਪਹਿਲੀ ਪਹਿਲਾਂ ਹੁੰਦੀ ਹੈ ਕਿ ਮਸੂਬ ਪਹਿਲਾਂ ਹੁੰਦਾ ਹੈ। ਤੁਹਾਨੂੰ ਇੰਜ ਪੁੱਛ ਲੈਣਾ ਫਿਰ ਮਸਲਬ ਦੱਸਣਾ, ਚੰਨ ਪਹਿਲਾਂ ਹੁੰਦਾ ਕਿ ਚਾਨਣੀ? ਹੈ ਜ਼ੋਰ ਨਾਲ ਮੁਕਾਬਲੇ ਨਾਲ ਬੋਲੋ, ਇਕੱਠਾ ਬੋਲੋ ਸਾਰੇ। ਧੁੱਪ ਪਹਿਲਾਂ ਹੁੰਦੀ ਹੈ ਕਿ ਸੂਰਜ? ਜਿਵੇਂ ਚਾਨਣੀ ਚੰਨ ਦੀ ਸਿਫਤ ਹੈ, ਧੁੱਪ ਸੂਰਜ ਦੀ ਸਿਫਤ ਹੈ। ਪਹਿਲਾਂ ਚੰਨ ਹੈ, ਪਹਿਲਾਂ ਧੁੱਪ ਹੈ, ਫਿਰ ਚਾਨਣੀ ਤੇ ਧੁੱਪ ਹੈ। ਰਹਿਮਤ ਹਜ਼ੂਰ ਦੀ ਸਿਫਤ ਹੈ, ਰਹਿਮਤ ਪਹਿਲਾਂ। ਓ ਮੁਸਲਮਾਨਾਂ ਤਵੱਜੋ, ਰਹਿਮਤ ਹਜ਼ੂਰ ਦੀ ਸਿਫਤ ਹੈ, ਇਹ ਸਿਫਤ ਹੈ। ਚਾਨਣੀ ਚੰਦ ਦੀ ਸਿਫਤ ਹੈ, ਇਹ ਧੁੱਪ ਸੂਰਜ ਦੀ ਸਿਫਤ ਹੈ, ਰਹਿਮਤ ਹਜ਼ੂਰ ਦੀ ਸਿਫਤ ਹੈ। ਚਾਨਣੀ ਤੇ ਤਾਂ ਹੈ ਜੇ ਚੰਨ ਹੈ, ਤੇ ਉਹ ਧੁੱਪ ਤੇ ਤਾਂ ਹੈ ਜੇ ਸੂਰਜ ਹੈ, ਤੇ ਓਏ ਆਲਮੀਨ ਵਾਸਤੇ ਰਹਿਮਤ ਤੇ ਤਾਂ ਹੈ ਜੇ ਹਜ਼ੂਰ ਹੈ। ਸਮਝ ਆਈ ਕਿ ਕੋਈ ਨਾ? ਆ ਕਿ ਨਹੀਂ ਬਣੇ?
ਨੂਰ ਨਬੀ ਦਾਇਓ ਸਵੇਲੇ ਸੁਣ ਵਾਲੇ ਆ ਸਾਹ ਦੇ ਇੰਦਰਾ ਰਾਤ ਭਾਵ ਭਿੱਜੀਏ ਜਿੰਨਾ ਸੋਹਣਾ ਸੁਣ ਚੜੇਗਾ ਮਜ਼ਾ ਆਏਗਾ। ਨੂਰ ਨਬੀ ਜ਼ਮੀਨ ਅਸਮਾਨ ਵੀ ਨਹੀਂ ਸੀ ਜਦੋਂ ਜ਼ਮੀਨ ਅਸਮਾਨ ਵੀ ਨਹੀਂ ਸੀ ਨਾ ਸੂਰਜ ਨਾ ਚੰਨ ਨਾ ਤਾਰੇ ਉਦੋਂ ਕੌਣ ਮਕਾਨ ਵੀ ਨਹੀਂ ਸੀ ਓਏ ਆਦਮ ਹਵਾ ਵਾਲਾ ਉਦੋਂ ਨਾਮ ਨਿਸ਼ਾਨ ਵੀ ਨਹੀਂ ਉੱਚੀ ਬੋਲਿਆ ਜੇ ਨਬੀ ਆ ਕੇ ਬਣਦਾ ਨਹੀਂ ਮਜ਼ਾ ਨਹੀਂ ਆਇਆ ਆਖੋ ਨਹੀਂ ਨਬੀ ਆ ਕੇ ਬਣਦਾ ਨਬੀ ਆ ਕੇ ਬਣਦਾ ਨਬੀ ਸਕੂਲੇ ਕੰਨ ਫੜ ਕੇ ਨਹੀਂ ਬਣਦਾ ਨਬੀ ਬਣ ਕੇ ਆਉਂਦਾ ਹੈ। ਦੂਸਰੀ ਗੱਲ ਤੁਹਾਨੂੰ ਸਮਝਾਈਏ ਨਹੀਂ ਸਮਝਾਈ ਦੁਬਾਰਾ ਸੁਣ ਲਓ ਨਬੀਆਂ ਤੇ ਵਹੀ ਆਂਦੀ ਏ ਨਬੀਆਂ ਤੇ ਵਹੀ ਆਂਦੀ ਏ ਬੇਲੀਓ ਤਵੱਜੋ ਨਾਲ ਸੁਣੋ ਨਬੀਆਂ ਰਸੂਲਾਂ ਤੇ ਵਹੀ ਆਂਦੀ ਏ ਵਹੀ ਦਾ ਆਉਣਾ ਨਬੂਵਤ ਦੀ ਦਲੀਲ ਨਹੀਂ ਅਗਰ ਵਹੀ ਦਾ ਆਉਣਾ ਨਬੂਵਤ ਦੀ ਦਲੀਲ ਏ ਤੇ ਮਿਹਰਾਬੇ ਮਰੀਮ ਅਲੈਹ ਸਲਾਮ ਚ ਵੀ ਵਹੀ ਆਈ ਏ ਕਿਆ ਉਹ ਨਬੀ ਨੇ ਜਿਹਦੇ ਤੇ ਵਹੀ ਆਏ ਉਹ ਨਬੀ ਹੋਵੇ ਜ਼ਰੂਰੀ ਨਹੀਂ ਨਬੀਆਂ ਤੇ ਵਹੀ ਆਂਦੀ ਏ ਨਬੀ ਦਾ ਆਉਣਾ ਇਸ ਗੱਲ ਦੀ ਦਲੀਲ ਨਹੀਂ ਕਿ ਹੁਣ ਨਬੀ ਬਣਿਆ ਵਹੀ ਦਾ ਕਦਰ ਲਾਉ ਮੀ ਸਾਕ ਨਬੀਨ ਹੁਣ ਰਿਜ਼ਲਟ ਸੁਣ ਕੇ ਫਿਰ ਅਗਲਾ ਮਸਲਾ ਬਿਆਨ ਕਰਾਂ ਨਬੀ ਉਹ ਹੁੰਦਾ ਹੈ ਜਿਹੜਾ ਆਲਮੇ ਰਵਾਤ ਵੀ ਨਬੀ ਹੋਵੇ ਨਬੀ ਉਹ ਹੁੰਦਾ ਹੈ ਜਿਹੜਾ ਮਾਂ ਦੇ ਵਤਨ ਚ ਵੀ ਨਬੀ ਹੋਵੇ ਨਬੀ ਉਹ ਹੁੰਦਾ ਹੈ ਇਹ ਉਸ ਮੇਰੇ ਅੱਲਾ ਦੀ ਮਰਜ਼ੀ ਏ ਭਾਵੇਂ ਪੰਗੂੜੇ ਚੋਂ ਐਲਾਨ ਕਰਵਾਏ ਤੇ ਭਾਵੇਂ 40 ਸਾਲਾਂ ਤੋਂ ਬਾਅਦ ਐਲਾਨ
ਮੈਨੂੰ ਸਮਝ ਆਈ ਉੱਚੀ ਸੁਬਾਨ ਲਖਵੋ ਇਹ ਉਸ ਮੇਰੇ ਅੱਲਾਹ ਦੀ ਮਰਜ਼ੀ ਹੈ, ਇਹ ਵਾਹਦਾ ਉਲਾ ਸ਼ਰੀਕ ਦੀ ਮਰਜ਼ੀ ਹੈ। ਉਹ ਭਾਵੇਂ ਬੰਗੂੜੇ ਚੋਂ ਐਲਾਨ ਕਰਵਾ ਲਏ ਤੇ ਭਾਵੇਂ 40 ਸਾਲਾਂ ਤੋਂ ਬਾਅਦ ਐਲਾਨ ਕਰਵਾਏ। ਇੱਕ ਵਾਰੀ ਉੱਚੇ ਬੋਲੋ, ਜਵਾਨ ਜਵਾਨ ਮੁੰਡੇ ਉੱਚੀ ਬੋਲੋ, ਨਬੀ ਆ ਕੇ ਨਹੀਂ ਬਣਦਾ, ਨਬੀ ਬਣ ਕੇ ਆਉਂਦਾ ਏ। ਹੁਣ ਤੁਸੀਂ ਆਖਣਾ ਨਬੀ ਆ ਕੇ ਬਣਦਾ, ਬੋਲੋ ਨਬੀ ਆ ਕੇ ਬਣਦਾ, ਨਬੀ ਇਹ ਜਿਹੜਾ ਬਣ ਕੇ ਆਏ। ਇਹ ਜਿਹੜੇ ਨਾ ਮਿਰਜ਼ਾ ਕਾਦੀਆਨੀ ਕਜ਼ਾਬ, ਰਾਤ ਬੜੀ ਤਵਜੋ ਚਾਹਨਾ, ਇਹ ਆ ਕੇ ਬਣਿਆ। ਬਣਨ ਤੋਂ ਮੁਰਾਦ ਇਹ ਦਾਵਾ ਕੀਤਾ ਸੀ, ਹੈ ਤਾਂ ਨਹੀਂ ਨਾ ਉਹ। ਇਹ ਵੀ ਅੰਗਰੇਜ਼ ਦਾ ਏਜੰਟ। ਮਿਰਜ਼ੇ ਦਾ ਪਹਿਲਾ ਤਾਰਫ ਹੈ ਮੁਨਾਦਰੇ ਇਸਲਾਮ। ਇਹਦਾ ਸਾਦੇ ਲਫ਼ਜ਼ਾਂ ਤਰਜਮਾ ਇਹ ਵੇ, ਇਹ ਮੌਲਵੀ ਵਿਗੜਿਆ। ਬੋਲੋ ਕੌਣ ਵਿਗੜਿਆ, ਉੱਚੀ ਬੋਲੋ ਕੌਣ ਵਿਗੜਿਆ। ਤਿੰਨ ਸ਼ੋਭੇ ਹਜ਼ਰਤ ਸ਼ਰਕਪੁਰੀ ਦੇ ਸਟੇਜ ਤੋਂ ਮੈਂ ਬਿਆਨ ਪਿਆ ਕਰਨਾ। ਤਿੰਨਾ ਸ਼ੋਭਿਆਂ ਜਿੰਨਾ ਦੀਨ ਦਾ ਨੁਕਸਾਨ ਕੀਤਾ ਨਾ, ਤਵੱਜੋ ਤਵੱਜੋ, ਤਿੰਨਾ ਸ਼ੋਭਿਆਂ ਜਿੰਨਾ ਦੀਨ ਦਾ ਨੁਕਸਾਨ ਕੀਤਾ ਨਾ, ਕਿਸੇ ਕਾਫਰ ਵੀ ਇਹਨਾਂ ਨੇ ਕੀਤਾ। ਤੁਸੀਂ ਪੁੱਛੋਗੇ ਕਿਹੜਾ ਬੇਦੀਨ ਹਾਕਮ, ਬੇਦੀਨ ਹਾਕਮ ਜਦੋਂ ਆਉਂਦੇ ਨੇ ਉਦੋਂ ਦਾ ਵੀ ਦੀਨ ਦਾ ਨੁਕਸਾਨ ਹੁੰਦਾ ਹੈ। ਜਿਵੇਂ ਕਿ ਜਲਾਲਉਦੀਨ ਅਕਬਰ ਆਇਆ, ਗਿਣਦੇ ਜਾਓ ਕਿੰਨੇ ਕੁ ਬੇਦੀਨ ਨੇ, ਜਿੱਥੇ ਜਿੱਥੇ ਬੇਦੀਨ ਹਾਕਮ ਆਏ, ਜਦੋਂ ਵੀ ਬੇਦੀਨੀ ਆਤਮਾ ਨੇ ਸਾਡੇ ਮੁਲਕ ਚ ਪੈਰ ਰੱਖਿਆ। ਤੁਸੀਂ ਦੇਖ ਰਹੇ ਹੋ ਬਿਊਟੀ ਪਾਰਲਰ ਜਾ ਕੇ ਕੁੜੀਆਂ ਕੱਲਾਂ ਤੇ ਝੰਡੇ ਬਣਵਾ ਕੇ ਵਿੱਚ ਬਾਜ਼ਾਰਾਂ ਦੇ ਨੱਚਦੀਆਂ ਪਈਆਂ ਨੇ। ਅੱਲਾਹ ਤਾਲਾ ਹਦਾਇਤ ਦਾ ਫਰਮਾ, ਕਿਉਂ? ਬੇਦੀਨ ਹਾਕਮ ਜਦੋਂ ਹੁਣ ਉਦੋਂ ਹੀ ਆ ਕੁਝ ਹੁੰਦਾ ਹੈ। ਦੂਸਰਾ ਸ਼ੋਭਾ ਉਲਮਾਏ ਸੂ, ਸਰਕਾਰੀ ਦਰਬਾਰੀ ਉਲਮਾਏ ਸੂ, ਬਾਦਾ ਕੀਤਾ ਮੌਲਵੀ ਤੇ ਸਰਕਾਰੀ ਦਰਬਾਰੀ। ਤੀਸਰੇ ਸ਼ਾਹਿਲ ਸੂਫੀ, ਅੱਜ ਇਹਨੂੰ ਕੋਈ ਕੰਮ ਨਹੀਂ ਲੱਭਾ, ਪੀਰੀ ਮੁੜੀ ਦੀ ਕਰ ਲੈ। ਉਹਦੀ ਵਜ੍ਹਾ ਮੌਲਵੀ ਦੇ ਮਗਰ ਵੀ ਲੋਕ ਹੁੰਦੇ ਨੇ, ਹਾਕਮਾਂ ਮਗਰ ਵੀ ਲੋਕ ਹੁੰਦੇ ਨੇ। ਆ ਜਿਹੜੇ ਜਹਿਲ ਨੇ ਗੈਰ ਸ਼ਰਾ ਔਲੀ ਅੱਲਾ ਦੇ, ਅਸੀਂ ਨੌਕਰਾਂ ਤੇ ਤਾਂ ਹੀ ਉਰਸਦੇ ਆਏ ਹਾਂ ਨਾ। ਜਾਹਿਲ ਗੈਰ ਸ਼ਰਾ ਬਦਅਕੀਦਾ ਖਾਰਜੀ ਰਾਫਦੀ ਨਾਸਬੀ ਬੇਦੀਨ ਬੰਗੀ ਚਰਸੀ, ਇਹ ਵੀ ਜਦੋਂ ਵਿਗੜਨਾ ਜਹਿਲ ਸੂਫੀ, ਇਹ ਵੀ ਕਈਆਂ ਹਜ਼ਾਰਾਂ ਦਾ ਬੇੜਾ ਕਰ ਕੱਟ ਕੇ ਰੱਖ ਛੱਡਦੇ ਨੇ। ਇਹ ਤਿੰਨ ਸ਼ੋਭੇ ਨੇ, ਇਹਨਾਂ ਵਿੱਚੋਂ ਇੱਕ ਸ਼ੋਭਾ ਮੌਲਵੀਆਂ ਦਾ, ਮਿਰਜ਼ਾ ਕਾਦੀਆਨੀ ਕਜ਼ਾਬ ਮੌਲਵੀ ਸੀ।
ਇਹਦਾ ਪਹਿਲਾ ਤਰ ਹੁਣ ਆਦਰੇ ਇਸਲਾਮ ਸੀ, ਜਦੋਂ ਫਿਸਲਿਆ ਅਜੇ ਤੱਕ ਮਰਦਈ ਸਿਰ ਦਰਦ ਬੜੇ ਨੇ ਅਜੇ ਤੱਕ। ਮਗਰ ਮੈਂ ਹਜ਼ਰਤ, ਅਸੀਂ ਲੋਕ ਚੌਕੀਦਾਰ ਹਾਂ, ਸਾਈਆਂ ਸਾਡੀ ਡਿਊਟੀ ਲਾਈ ਏ, ਅਸੀਂ ਗਲੀ ਗਲੀ ਨਗਰ ਨਗਰ ਹੋਕੇ ਦੇਣੇ ਪਿਆ ਜਾਗ ਬਈ ਜਾਗ। ਇਹ ਫਿਤਨੇ, ਇਹਦਾ ਇਸਲਾਮ ਨਾਲ ਕੋਈ ਤਲਕ ਨਹੀਂ। ਇਹ ਨਬੀ ਆ ਕੇ ਬਣਦਾ ਕਿ ਬਣ ਕੇ ਆਉਂਦਾ? ਉੱਚੀ ਬੋਲੋ ਫਿਰ। ਨਬੀ ਬਣ ਕੇ ਆਉਂਦਾ ਹੈ। ਮਿਰਜ਼ਾ ਅੰਗਰੇਜ਼ਾਂ ਦਾ ਏਜੰਟ ਹੈ, ਇਹਨੇ ਪੈਸੇ ਲੈ ਕੇ ਇਹ ਖਰੀਦਿਆ ਗਿਆ ਹੈ, ਇਹਨੇ ਐਲਾਨ ਕੀਤਾ ਹੈ ਇੱਕ ਵਾਰੀ ਹੱਥ ਚੁੱਕ ਕੇ ਠੰਡ ਪਾ ਦਿਓ ਤੇ ਮੇਰੇ ਮੀਆਂ ਸਾਹਿਬ ਦਰਬਾਰ ਸ਼ਿਵ ਰਾਜ਼ੀ ਹੋ ਜਾਣ ਕਿ ਮੇਰੇ ਜਿਹੜੇ ਬੇਲੀ ਨੇ ਇਹ ਗੈਰਤਮੰਦ ਨੇ, ਬੇਗੈਰਤ ਨਹੀਂ। ਹੱਥ ਚੁੱਕ ਕੇ ਕਹਿ ਦਿਓ ਮਿਰਜ਼ਾ ਕਾਫਰ ਹੈ। ਬੋਲੋ ਮਿਰਜ਼ਾ, ਜ਼ੋਰ ਨਹੀਂ ਲੱਗਾ ਤੁਹਾਡਾ? ਮਿਰਜ਼ਾ, ਆ ਜ਼ੋਰ ਨਾਲ ਬੋਲੋ ਮਿਰਜ਼ਾ। ਸਾਰੇ ਮਰਦਈ ਮਿਰਜ਼ਾ ਵੀ ਕਾਫਰ, ਸਾਰੇ ਮਰਦਈ ਵੀ ਕਾਫਰ, ਇਹਨਾਂ ਦੇ ਕੁਫਰ ਚ ਸ਼ੱਕ ਕਰਨ ਵਾਲੇ ਵੀ ਕਾਫਰ, ਇਹਨਾਂ ਦੀ ਹਮਾਇਤ ਕਰਨ ਵਾਲੇ ਵੀ ਕਾਫਰ। ਸਮਝ ਆਈ ਜੇ ਕੋਈ? ਕੋਈ ਨਹੀਂ ਆਈ। ਅਹਲੇ ਸੁਨਨਤ ਵ ਜਮਾਤ ਅਮਨ ਤੇ ਚਾਹੁੰਦਾ, ਬੇਗੈਰਤ ਨਹੀਂ। ਇੱਕ ਮੁਲਕ ਕਿਸੇ ਦੀ ਮਾਂ ਦੇ ਜਹੇਜ਼ ਚ ਨਹੀਂ ਆਇਆ। ਇਹ ਮੁਲਕ ਮਦੀਨੇ ਵਾਲੇ ਦੇ ਗੁਲਾਮਾਂ ਦਾ ਮੁਲਕ ਹੈ। ਪਾਕਿਸਤਾਨ ਕਾ ਮਤਲਬ ਕਿਆ? ਹੱਥ ਟੁੱਟ ਗਿਆ ਜੇ ਜਿਹਨਾਂ ਨਹੀਂ ਚੁੱਕੇ। ਪਾਕਿਸਤਾਨ ਕਾ ਮਤਲਬ ਕਿਆ? ਪਾਕਿਸਤਾਨ ਕਾ ਮਤਲਬ ਕਿਆ? ਮੁਹੰਮਦ ਰਸੂਲੁਲਲਾਹ ਸੱਲੱਲਾਹੁ ਅਲੈਹਿ ਵਸੱਲਮ। ਇੱਥੇ ਕੋਈ ਫੈਸਲਾ ਆਇਨ ਔਰ ਕਾਨੂੰਨ ਦੇ ਖਿਲਾਫ, ਸ਼ਰੀਅਤ ਦੇ ਖਿਲਾਫ ਨਹੀਂ ਚੱਲ ਸਕਦਾ। ਭਾਵੇਂ ਜੱਜ ਹੋਵੇ ਤੇ ਵਜ਼ੀਰ ਆਜ਼ਮ ਹੋਵੇ, ਜੇ ਕਟਹਿਰੇ ਚ ਨਾ ਆਂਦਾ ਫਿਰ ਅਫਸੋਸ ਨਾ ਕਰਿਆ ਜੇ। ਇੱਥੇ ਗਲੀ ਗਲੀ ਮੁਮਤਾਜ਼ ਕਾਦਰੀ ਦੇ ਗੁਲਾਮ ਬੈਠੇ ਹੋਏ ਨੇ। ਇਹ ਮਿਰਜ਼ਾ ਆ ਕੇ ਬਣਿਆ, ਨਬੀ ਆ ਕੇ ਨਹੀਂ ਬਣਦਾ, ਨਬੀ ਬਣ ਕੇ ਆਉਂਦਾ ਹੈ। ਬੋਲੋ ਨਬੀ, ਉੱਚੀ ਬੋਲੋ ਨਬੀ ਬਣ ਕੇ ਆਉਂਦਾ। ਇਹ ਸਕੂਲੇ ਕੰਨ ਫੜ ਕੇ ਲਿੱਤਰ ਖਾਂਦਾ ਰਿਹਾ, ਨਬੀ ਕਿੱਥੋਂ ਆ ਗਿਆ? ਇਹ ਮੁਹੰਮਦੀ ਬੇਗਮ ਅਗਰ ਜਲੀਲ ਹੁੰਦਾ ਰਿਹਾ ਤੇ ਲੱਭੀ ਉਹ ਵੀ ਕੋਈ ਨਾ, ਨਬੀ ਕਿੱਥੋਂ ਆ ਗਿਆ? ਇਹ ਅੰਗਰੇਜ਼ਾਂ ਦਾ ਪਿੱਟੂ ਏ। ਨਾਲੇ ਨਬੀ ਇੰਜ ਦੇ ਹੁੰਦੇ ਨੇ, ਇੱਕ ਅੱਖ ਕਾਣੀ ਤੇ ਇੱਕ ਭੰਗੀ। ਪਰ ਅਫਸੋਸ, ਇੱਕ ਗੱਲ ਯਾਦ ਕਰੋ, ਕਾਸ਼ ਕਦੀ ਲੋਕ ਹਜ਼ੂਰ ਦੀ ਸ਼ਾਨ ਨਾ ਲਕਾਉਂਦੇ, ਮਕਾਮੇ ਨਬੂਵਤ ਬਿਆਨ ਕਰਨ ਚ ਬੁਖਲ ਨਾ ਪੈਦਾ ਕਰਦੇ, ਬਖੀਲ ਨਾ ਬਣਦੇ, ਫਿਰਕਾ ਬਰੀਏ ਜਾ ਕੇ ਇਹਨਾਂ ਜ਼ਿਦਾਂ ਵਾਸਤੇ
ਲਫ਼ਜ਼ੇ ਨਬੀ ਦਾ ਮਿਆਣਿਆਂ ਨੇ ਮਾਨ ਹੀ ਨਹੀਂ ਕੀਤਾ। ਤਵਜੋ ਫਰਮਾਈਏ, ਯਾ ਅਯੂਹਾ ਨਬੀ ਥੱਕ ਗਏ ਹੋ? ਨਹੀਂ, ਇੰਜ ਨਹੀਂ, ਹੱਥ ਚੁੱਕ ਕੇ ਯਾ ਅਯੂਹਾ ਨਬੀ। ਮੌਲਵੀਆਂ ਥੱਲੇ ਤਰਜਮਾ ਹੀ ਨਹੀਂ ਲਿਖਿਆ, ਥੱਲੇ ਲਿਖਿਆ ਐ ਨਬੀ। ਪੂਰੇ ਕੁਰਾਨ ਦਾ ਤਰਜਮਾ ਕਰ ਲਿਆ, ਲਫ਼ਜ਼ੇ ਨਬੀ ਦਾ ਤਰਜਮਾ ਨਹੀਂ ਕੀਤਾ। ਉਹ ਬੇਵਕੂਫੋ, ਬਦਨਸੀਬੋ, ਕਿਆ ਲਫ਼ਜ਼ੇ ਨਬੀ ਦਾ ਤਰਜਮਾ ਕੋਈ ਨਹੀਂ? ਕਿਆ ਲਫ਼ਜ਼ੇ ਨਬੀ ਦਾ ਮਾਨਾ ਕੋਈ ਨਹੀਂ? ਪੂਰੇ ਕੁਰਾਨ ਦਾ ਜੋ ਤਰਜਮਾ ਕੀਤਾ ਜੇ, ਲਫ਼ਜ਼ੇ ਨਬੀ ਦਾ ਕਿਉਂ ਨਹੀਂ ਜੇ ਕੀਤਾ? ਕਦੀ ਕਰ ਛੱਡਦੇ ਤੇ ਪਤਾ ਲੱਗ ਜਾਣਾ ਸੀ ਤੁਸੀਂ ਵੀ ਸਾਰੇ ਫਿਰਕੀਆਂ ਹੀ ਹੋ। ਮਜ਼ਬੇ ਹੱਕ ਅਗਰ ਹੈ ਤੇ ਅਹਲੇ ਸੁਨਨਤ ਵਾ ਜਮਾਤ। ਥੱਲੇ ਵੀ ਨਬੀ, ਉੱਤੇ ਵੀ ਨਬੀ। ਨਬੀ ਅਲੈਹਿ ਸਲਾਮ ਨੇ ਫਰਮਾਇਆ ਨਬੀ ਦਾ ਮਾਨਾ ਕਰੋ। ਇੱਕ ਛੋਟਾ ਜਿਹਾ ਬੰਦਾ, ਇੱਕ ਛੋਟਾ ਜਿਹਾ ਉਲਮਾ ਦਾ ਖਾਦਿਮ, ਸ਼ਰੀਫ ਸ਼ਰੀਫ ਦਾ ਨੌਕਰ ਬਣ ਬਿਆਨ ਕਰਦਾ ਪਿਆ, ਅਨਬੀ ਅਲ ਮੁਖਬਰ, ਅਨਬੀ ਅਲ ਮੁਖਬਿਰ, ਅਨਬੀ ਅਲ ਮੁਖਰਜ, ਅਨਬੀ ਅਲ ਜ਼ਾਹਿਰ। ਨਬੀ ਹੁੰਦਾ ਜਿਹੜਾ ਗੈਬ ਦੀਆਂ ਖਬਰਾਂ ਦੇਵੇ, ਗੈਬ ਦੀਆਂ ਖਬਰਾਂ ਲਵੇ, ਖਬਰ ਰੱਖੇ, ਉੱਚੇ ਦਰਜੇ ਵਾਲਾ ਹੋਵੇ। ਅਜ਼ਾਹਿਰ ਵੇਖਿਆ ਹੀ ਪਤਾ ਲੱਗ ਜਾਏ ਅੱਲਾ ਦਾ ਨਬੀ ਏ। ਬਲਕਿ ਨਬੀ ਉਹ ਹੁੰਦਾ ਜਿਹੜਾ ਹਲਕੀ ਤੋਂ ਹਲਕੀ ਆਵਾਜ਼ ਵੀ ਸੁਣ ਲੈਂਦਾ। ਇਹ ਮੈਂ ਇੱਕ ਇੱਕ ਮਾਨੇ ਦੀ ਇੱਕ ਗੱਲ ਕਰ ਦੇਣਾ, ਲੰਬੀ ਚੌੜੀ ਬਾਤ ਤੇ ਹੁਣ ਟਾਈਮ ਵੀ ਨਹੀਂ ਤੇ ਮੈਂ ਕਹਾਉਣੀ ਵੀ ਨਹੀਂ। ਬਰੀਕ ਤੋਂ ਬਰੀਕ ਕੁਰਾਨ ਚੋਂ ਦਲੀਲ ਸੁਣੋ। ਤਿੰਨਾਂ ਮੀਲਾਂ ਤੋਂ ਕੀੜੀ ਬੋਲੀ, ਕੀੜੀਓ ਖੁੱਡਾਂ ਚ ਵੜ ਜਾਓ। ਅੱਲਾ ਦੇ ਨਬੀ ਆ ਰਿਹਾ ਨੇ ਬੜੀ ਦੁਨੀਆ ਨਾਲ, ਕਿਤੇ ਪੈਰਾਂ ਥੱਲੇ ਮਿੱਟੀਆਂ ਨਾ ਜਾਓ। ਫਤਹ ਬਸਮਦਾ ਹੀ ਕਲ ਮਿਲ ਕੌਲੀਆ। ਸੁਣੀਏ ਮਕਾਮੇ ਨਬੂਤ, ਤਿੰਨਾਂ ਮੀਲਾਂ ਤੋਂ ਅੱਲਾ ਦੇ ਨਬੀ ਨੇ ਕੀੜੀ ਦੀ ਆਵਾਜ਼ ਸੁਣੀ ਤੇ ਗੱਲ ਸੁਣੀ ਤੇ ਮੁਸਕਰਾਏ। ਸਰਪੋ ਸੀ ਬਣ ਵਾਲੇ ਹੋ ਨੌਜਵਾਨ, ਉੱਚੀ ਬੋਲਿਆ ਜੇ, ਨਾ ਕੀੜੀ ਦੀ ਆਵਾਜ਼ ਤੁਸੀਂ ਜਾਣਦੇ ਹੋ, ਨਾ ਮੈਂ ਜਾਣਨਾ ਵਾ, ਨਾ ਤੁਸਾਂ ਸੁਣੀ ਹੈ। ਜੋ ਪੜਿਆ ਤੁਹਾਨੂੰ ਬਿਆਨ ਕਰ ਦੇਣਾ, ਤੇ ਨਾਲੇ ਸੁਣੋ ਤੇ ਇਮਾਨਤਾ ਦਾ ਕਰੋ। ਮਕਾਮੇ ਨਬੂਵਤ ਕੀ ਹੁੰਦਾ ਹੈ ਸੁਣੀਏ। ਕੀੜੀ ਦੀ ਜ਼ਬਾਨ ਕੋਈ ਨਹੀਂ, ਕੀੜੀ ਦੀ ਜ਼ਬਾਨ ਨਹੀਂ। ਕੀੜੀ ਦੇ ਮੂੰਹ ਅੱਗੇ ਦੋ ਵਾਲ ਨੇ। ਮੇਰਾ ਦੇਖੋ, ਇਹ ਜਿਹੜੀ ਇੰਜ ਇੰਜ ਰਗੜਦੀ ਹੈ, ਦੋ ਵਾਲਾਂ ਨੂੰ ਇੰਜ ਰਗੜਦੀ ਹੈ। ਉਹਨਾਂ ਦੋ ਵਾਲਾਂ ਦੀ ਰਗੜ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਨਾ, ਇਹ ਕੀੜੀ ਦੀ ਬੋਲੀ ਹੈ। ਸ਼ੇਰੇ ਰਬਾਨੀ ਦੇ ਮੂੰਹ ਤੇ ਆਉਣ ਵਾਲੀ ਹੈ ਤਵੱਜੋ। ਕਿੱਡੀ ਕੁ ਕੀੜੀ ਤੇ ਕਿੱਡੇ ਕਿੱਡੇ ਵਾਲ ਤੇ ਰਗੜ ਨਾਲ ਕਿੰਨੀ ਕੁ ਆਵਾਜ਼ ਪੈਦਾ ਹੁੰਦੀ ਹੋਵੇਗੀ, ਤੈਨੂੰ ਅਜੇ ਵੀ ਨਹੀਂ ਪਤਾ ਲੱਗਾ ਮਕਾਮੇ ਨਬੂਵਤ ਕੀ ਹੈ? ਉੱਚਾ ਬੋਲੋ, ਉੱਚਾ।
ਸਹੀ ਪੁੱਛਦੇ ਹੋ ਨਾ, ਇਹ ਨਾਰੇ ਦੀ ਵਾਰੀ ਤੁਸੀਂ ਬੁਖਲ ਕੋਲੋਂ ਕੰਮ ਲੈਂਦੇ ਹੋ ਪੈ। ਅੱਲਾ ਅਕਬਰ ਕਰਿਆ ਤੇ ਮਕੂਜ ਹੋਵੇ ਕੇ ਸ਼ੁਰੂ ਤੋਂ ਨਾ ਮਾਰਨਾ ਰਹੇ ਤਕਦੀਰ ਤੋਂ ਨਾ। ਅੱਲਾ ਮੁਸ਼ਕਲ ਕੁਸ਼ਾ ਚਿਹਰੇ ਜ਼ਿੰਦਾਬਾਦ ਜ਼ਿੰਦਾਬਾਦ। ਉਹ ਕਿੰਨੇ ਕੁ ਵਾਰ ਹਜ਼ਰਤ ਵਜੋ ਇਮਾਨਤਾ ਤਾਂ ਕਰੋ, ਇਹ ਕੀੜੀ ਤੋਂ ਵੀ ਬਰੀਕ ਇੱਕ ਆਵਾਜ਼ ਹੈ, ਪਤਾ ਕਿਹੜੀ? ਦਿਲ ਦੀ। ਆ ਦਿਲ ਦੀ ਆ ਜਿਹੜੀ ਡਾਕਟਰ ਚੈੱਕ ਕਰਦੇ ਨੇ ਨਾ, ਇਹ ਦਿਲ ਦੀ ਆਵਾਜ਼ ਚੈੱਕ ਨਹੀਂ ਕਰਦੇ, ਇਹ ਦਿਲ ਦੀ ਸਪੀਡ ਚੈੱਕ ਕਰਦੇ ਨੇ। ਦਿਲ ਦੀ ਆਵਾਜ਼ ਪਤਾ ਕੀ ਹੈ? ਸੂਫੀਆ ਔਲੀਆ ਦੀ ਜ਼ਬਾਨ ਚ ਦੀ ਵਿਰਾਦ ਕਰਦੇ ਨਾ, ਉਰ ਸ਼ਰੀਫ ਦਾ ਮੌਕਾ ਹੈ। ਦਿਲ ਦੀ ਆਵਾਜ਼ ਦੇਵੇ, ਜੋ ਦਿਲ ਕਹਿੰਦਾ ਦਿਮਾਗ ਸੋਚਦਾ, ਜੋ ਦਿਲ ਕਹਿੰਦਾ ਅੱਖ ਵਿੰਦੀ ਏ, ਜੋ ਦਿਲ ਕਹਿੰਦਾ ਕੰਨ ਸੁਣਦਾ, ਜੋ ਦਿਲ ਕਹਿੰਦਾ ਜ਼ਬਾਨ ਬੋਲਦੀ ਏ, ਜੋ ਦਿਲ ਕਹਿੰਦਾ ਹੱਥ ਫੜਦਾ, ਜਿੱਧਰ ਦਿਲ ਕਹਿੰਦਾ ਏ ਬੰਦਾ ਤੁਰ ਪੈਂਦਾ ਏ। ਅਹਿਲੇ ਸੁਨਨਤ ਵਾ ਜਮਾਤ ਸ਼ੇਰੇ ਰਬਾਨੀ ਦੀ ਗੁਲਾਮਾਂ ਸੁਣ ਲਓ, ਅੱਲਾ ਦੀ ਇੱਜ਼ਤ ਦੀ ਕਸਮ, ਅਕੀਦਾ ਇਹ ਸੱਚਾਈ, ਮੂੰਹਾਂ ਭਾਵੇਂ ਬੋਲ ਭਾਵੇਂ ਨਾ ਬੋਲ, ਜੋ ਤੇਰਾ ਦਿਲ ਕਹਿੰਦਾ ਮਦੀਨੇ ਵਾਲਾ ਸੁਣਦਾ ਵੀ ਇਹ ਤੇ ਜਾਣਦਾ। ਫਰੀਆਦ ਹਾਲਤ ਬਰੇਲਵੀ ਰਹਿਮਤੁਲਾ ਲੈ ਫਰਮਾਉਂਦੇ ਲੈ, ਫਰੀਆਦ ਉਮਤੀ ਮੇਰੇ ਦੇਖੋ ਮੇਰੇ ਦੇਖੋ ਹਾਲੇ ਉੱਚੀ ਵੀ ਸਕਦਾ ਬੋਲੇ, ਫਰੀਆਦ ਉਮਤੀ ਜੋ ਕਰੇ ਹਾਲੇ ਜ਼ਾਰ ਮੇਂ, ਫਰੀਆਦ ਉਮਤੀ ਜੋ ਕਰੇ ਹਾਲੇ ਹਾਲੇ ਜ਼ਾਰ ਮੇਂ, ਫਰੀਆਦ ਫਰੀਆਦ ਉਮਤੀ ਜੋ ਕਰੇ ਹਾਲੇ ਜ਼ਾਰ ਮੇਂ, ਮੁਮਕਿਨ ਨਹੀਂ ਕਿ ਖੈਰੁਲ ਬਸ਼ਰ ਕੋ ਖਬਰ ਨਾ ਹੋ। ਕਦੀ ਸੋਚੀ ਵੀ ਨਾ, ਇਸ ਆਸਤਾਨ ਆਲੀਆ ਸ਼ਰਕੋ ਸ਼ੀਫ ਆਇਆ, ਕੱਲਾ ਹੋਵੇ, ਹੁਜਰੇ ਚ ਹੋਵੇ, ਕਾਰ ਹੋਵੇ, ਦੁਨੀਆ ਦੇ ਕਿਸੇ ਕੋਨੇ ਤੇ ਹੋਵੇ, ਯਾਦ ਰੱਖੀ ਹਜ਼ੂਰ ਜ਼ਿੰਦਾ ਨੇ, ਸੁਣਦੇ ਨੇ, ਜਾਣਦੇ ਨੇ, ਪਹਿਚਾਣਦੇ ਨੇ, ਕੌਣ ਏ, ਇਹਦਾ ਨਾਂ ਕੀ ਏ, ਕਿੱਥੇ ਰਹਿੰਦਾ ਏ, ਇਹਦੀ ਅੱਬੇ ਦਾ ਨਾਂ ਕੀ ਏ, ਕੀ ਪੜਦਾ ਏ, ਕਿੰਨੀ ਵਾਰ ਪੜਦਾ ਏ। ਸਰਕਾਰ ਜਦੋਂ ਜਾਣ, ਜਿਸ ਵੇਲੇ ਜਾਣ, ਜਿੱਥੇ ਜਾਣ, ਜਿਹਦੇ ਤੇ ਜਾਣ, ਭਾਵੇਂ ਖਾਬ ਚ ਕਰਮ ਫਰਮਾ ਦੇਣ, ਭਾਵੇਂ ਜਾਗ ਦਿਆ ਕਰਮ। ਇੱਥੇ ਮੈਂ ਵਾਕਿਆ ਤੇ ਦਲੀਲਾਂ ਪੇਸ਼ ਕਰਾਂ ਤੇ ਭਾਵੇਂ ਮਹੀਨਾ ਬੈਠਾ ਰਵਾਂ ਨਹੀਂ ਮੁੱਕਣੀਆਂ। ਯਾਦ ਆਈ ਜੇ ਗੱਲ? ਕਿਤਾਬਾਂ ਦੀਆਂ ਗੱਲਾਂ ਸਿਰਫ ਉਲਮਾ ਸਮਝਣਗੇ, ਜਾਂ ਜਿਹੜੇ ਉਹ ਨੌਜਵਾਨ ਨੇ
ਦਿਲਚਸਪੀ ਰੱਖਦੇ ਨੇ ਉਹ ਸਮਝਣਗੇ, ਇੱਕੋ ਹੀ ਗੱਲ ਕਰਦੇ ਨਾ ਹਰ ਬੰਦਾ ਸਮਝੇ। ਗਾਜ਼ੀ ਇਲਮ ਦੀਨ ਦਾ ਪਤਾ ਸਣ ਕੇ ਨਹੀਂ ਸੁੱਤੇ ਹੋ, ਓਏ ਗਾਜ਼ੀ ਇਲਮ ਦੀਨ ਦਾ ਹਜ਼ੂਰ ਨੂੰ ਪਤਾ ਸੀ ਕਿ ਨਹੀਂ? ਤੇ ਜਿਹਨੂੰ ਇਹ ਕੀਤਾ ਪਤਾ ਤੇ ਹੁਣ ਕੀ ਉਹਨੂੰ ਪਿਆ ਬੋਲਦਾ? ਇਲਮ ਦੀਨ ਜਦੋਂ ਡੀਵੇ ਬੰਦ ਕਰ ਦਿੱਤੇ ਨੇ, ਲਾਈਟ ਆਫ ਕਰ ਦਿੱਤੀ, ਬੱਤੀਆਂ ਬੁਝਾ ਦਿੱਤੀਆਂ ਨੇ, ਕੋਟੀ ਨੂੰ ਚੰਦਰੇ ਲੱਗ ਜਾਂਦੇ ਨੇ, ਕੁੜੀਆਂ ਚੰਦਰੇ ਮਾਰ ਕੇ ਹਨੇਰਾ ਕਰਕੇ ਟੁਰ ਜਾਈਦਾ ਏ, ਤੇਰੀ ਕੋਟੀ ਚ ਚਾਨਣ ਕਾਹਦਾ ਹੁੰਦਾ ਏ, ਤੇਰੀ ਕੋਟੀ ਚ ਲਾਈਟ ਕਾਹਦੀ ਹੁੰਦੀ ਏ, ਤੇਰੀ ਕੋਟੀ ਚ ਰੋਸ਼ਨੀ ਕਾਹਦੀ ਹੁੰਦੀ ਏ? ਇਲਮ ਦੀਨ ਰਹਿਮਤੁਲਾਹ ਫਰਮਾਉਂਦੇ ਨੇ, ਓਏ ਲੋਗੋ, ਮੈਂ ਬਲੱਜੀਆਂ ਦੇ ਲੜ ਨਹੀਂ ਲੱਗਿਆ, ਮੈਂ ਲਜਪਾਲਾਂ ਦੇ ਲਜਪਾਲ ਦਾ ਗੁਲਾਮ ਆ। ਕੁਰਾਨ ਆਂਦਾ ਅਜ਼ੀਜ਼ੁਨ ਅਲੈਮਾ ਅਨਿਤੁਮ ਹਰੀਸੁਨ ਅਲੈਕੁਮ ਬਿਲ ਮੁਮਿਨੀਨਾ ਰਊਫੁਰ ਰਹੀ। ਲਜਪਾਲ ਮੇਰੇ ਤੇ ਕਰਮ ਫਰਮਾ ਦਿੰਦਾ ਏ, ਮੁਮਕਿਨ ਨਹੀਂ ਕਿ ਖੈਰੁਲ ਬਸ਼ਰ ਕੋ ਖਬਰ ਨਾ ਹੋ। ਇੰਜ ਮੈਂ ਦਲੀਲਾਂ ਦੇ ਲੱਭਾਂ ਜੋ ਬਿਆਨ ਕਰਾਂ ਰਹਿ ਜਾਏਗਾ। ਨਬੀ ਤੇ ਹੁੰਦਾ ਅਨਬੀ ਅਲ ਮੁਖਬਰ, ਅਨਬੀ ਅਲ ਮੁਖਬਰ ਇੱਕ ਇੱਕ ਮਾਨਾ ਸਿਰਫ, ਜਿਹੜਾ ਗੈਬ ਦੀਆਂ ਖਬਰਾਂ ਦੇਵੇ ਤੇ ਗੈਬ ਦੀਆਂ ਖਬਰਾਂ ਲਵੇ। ਇਹ ਲਵ ਤੁਸੀਂ ਵੀ ਬੋਲੋ, ਗੈਬ ਦੀਆਂ ਖਬਰਾਂ, ਗੈਬ ਦੀਆਂ ਖਬਰਾਂ ਰੱਖੇ ਲਵੇ ਵੀ ਤੇ ਦੇਵੇ ਵੀ। ਗੈਬ ਦੀਆਂ ਖਿੱਜ ਕਰ ਲਓ, ਹੱਥ ਚੁੱਕ ਕੇ ਬੋਲੋ, ਗੈਬ ਦੀਆਂ ਖਬਰਾਂ ਲੈਣ ਵਾਲਾ ਬੋਲੋ, ਗੈਬ ਦੀਆਂ ਖਬਰਾਂ ਤੇ ਗੈਬ ਦੀਆਂ ਖਬਰਾਂ ਦੇਣ ਵਾਲਾ। ਤੇ ਆ ਜਿਹਨੂੰ ਤੂੰ ਚਵਲ ਨੂੰ ਬਣਾਇਆ ਉਹ ਮਿਰਦਾ ਪਤਾ ਕੀ ਆਂਦਾ? ਨਾ ਮੈਂ ਕਿਰਮੇ ਖਾਕੀ, ਨਾ ਮੈਂ ਆਦਮ ਜ਼ਾਤ, ਔਰ ਉਹ ਮੰਨਣ ਨੂੰ ਲੱਖ ਦੀ ਲਾਨਤ ਉਹਦੇ ਤੇ ਕਰੋੜ ਵਾਲੀ ਲਾਨਤ ਤੁਹਾਡੇ ਤੇ। ਤੁਹਾਨੂੰ ਵੀ ਹੋਸ਼ ਨਾ ਆਈ, ਕਿਹਨੂੰ ਮੰਨਦੇ ਹੋ ਪਏ? ਉਹ ਤੇ ਆਂਦਾ ਨਾ ਮੈਂ ਕਿਰਮੇ ਖਾਕੀ, ਨਾ ਮੈਂ ਆਦਮ ਜ਼ਾਤ। ਉਹ ਆਂਦਾ ਮੈਂ ਬੰਦੇ ਦਾ ਪੁੱਤਰ ਹੀ ਨਹੀਂ, ਮੈਂ ਬੰਦੇ ਦਾ ਪੁੱਤਰ ਹੀ ਨਹੀਂ। ਜਿਹੜਾ ਬੰਦੇ ਦੇ ਪੁੱਤਰ ਨਹੀਂ ਉਹ ਨਬੀ ਕਿੱਥੋਂ ਆ ਗਿਆ? ਅੱਗੇ ਆਂਦਾ ਹੂੰ ਇਨਸਾਨ ਕੀ ਜਾਏ ਨਫ਼ਰਤ ਔਰ ਇਨਸਾਨੋਂ ਕੀ ਯਾਰ। ਵੇਖੋ ਜਿਹੜਾ ਗੁਸਤਾਖ ਤੇ ਬੇਅਦਬ ਹੋਵੇ ਰੱਬ ਉਹਦਾ ਬੇੜਾ ਗਰਕ ਕਿਵੇਂ ਕਰਦਾ। ਬੇਲੀ ਇੱਕ ਗੱਲ ਸਾਰੀ ਜ਼ਿੰਦਗੀ ਨਾ ਭੁੱਲਣਾ, ਆਪਣੇ ਬੱਚਿਆਂ ਨੂੰ ਕਾਰੋਬਾਰ ਤੇ ਅੰਗਰੇਜ਼ੀ ਤਲੀਮ ਹੀ ਨਾ ਸਿਖਾਓ, ਇਹ ਜੁਮਲਾ ਜਿਹੜਾ ਮੈਂ ਕਹਿਣ ਲੱਗਿਆ ਵੀ ਸਿਖਾਓ। ਫਕਦ ਅਜ਼ੰਤਹੁ ਬਿਲ ਹਰਬ, ਇਹ ਹਦੀਸੇ ਕੁਰਸੀ ਦੇ ਲਫ਼ਜ਼ ਨੇ, ਕਿ ਜਿਹੜਾ ਵੀ ਕਿਸੇ ਅੱਲਾਹ ਵਾਲੇ ਦੀ ਬੇਅਦਬੀ ਕਰਦਾ ਫਕਦ ਅਜ਼ੰਤਹੁ ਬਿਲ ਹਰਬ, ਅੱਲਾ ਨੂੰ ਜੰਗ ਦਾ ਚੈਲੰਜ ਕਰਦਾ ਹੈ। ਕਿ ਅੱਲਾ ਦੀ ਜੰਗ ਕੁਹਾੜੀਆਂ ਨਾਲ ਤੇ ਨਹੀਂ,
ਅੱਲਾ ਦੀ ਜੰਗ ਕਲੈਸ਼ਨ ਕੋਫ ਨਾਲ ਤੇ ਨਹੀਂ, ਇਹ ਜੀ 3 ਤੇ 7 MM ਤੇ MMM ਤੇ 44 ਤੇ ਕਲੈਸ਼ਨ ਤੇ 12 ਬੋਰ ਤੇ 22 ਬੋਰ ਤੇ 32 ਬੋਰ ਇਹਨਾਂ ਨਾਲ ਨਹੀਂ, ਨਾ ਤੋਪਾਂ ਨਾਲ, ਨਾ ਜਹਾਜ਼ਾਂ ਨਾਲ, ਨਾ ਤੀਰਾਂ ਨਾਲ, ਤਲਵਾਰਾਂ ਨਾਲ। ਕਿਤਾਬਾਂ ਪੜ੍ਹੋ, ਹਜ਼ਰਤ ਵਜੋ, ਫਕਤ ਅਜ਼ਮਤੁਹੁ ਬਿਲ ਹਰਬ। ਜਦੋਂ ਰੱਬ ਨੂੰ ਜੰਗ ਦਾ ਚੈਲੰਜ ਕਰਦਾ ਹੈ, ਉਹਦੇ ਇੱਕੋ ਵਾਰ ਨਾਲ ਹੀ ਉਹਦਾ ਕੰਮ ਹੋ ਜਾਂਦਾ। ਕੀ ਹਜ਼ੂਰ ਨੇ ਫਰਮਾਇਆ, ਉਹਦੀ ਵਜ਼ਾਹਤ ਇਹ ਵੇ ਕਿ ਰੱਬ ਉਸ ਬੰਦੇ ਕੋਲੋਂ ਰਾਹੇ ਹਦਾਇਤ ਖੋ ਲੈਂਦਾ। ਇੱਥੋਂ ਇਹ ਛੋਟੀ ਜਿਹੀ ਛੋਟਾ ਹਮਲਾ ਕੋਈ ਨਾ, ਹੱਕ ਫਿਰ ਵਹਿੰਦਾ ਨਾ, ਹੱਕ ਸੁਣਦਾ ਨਾ, ਹੱਕ ਸਮਝਦਾ ਨਾ, ਹੱਕ ਮੰਨਦਾ। ਤੁਸੀਂ ਵੇਖੋ ਆਮ ਬੰਦਾ ਮੰਨ ਜਾਂਦਾ, ਇਹੋ ਜਿਹਾ ਜਿੱਤੇ ਰੱਬ ਨਾਰਾਜ਼ ਹੋਇਆ ਹੋਵੇ ਉਹਨੂੰ ਸੱਚੀ ਗੱਲ ਦੀ ਸਮਝ ਆਉਂਦੀ ਨਹੀਂ। ਵਰਨਾ ਇਹ ਜਿਹਾ ਚਵਲ ਨੂੰ ਨਬੀ ਬਣਨਾ, ਇਹ ਜਿਹਾ ਚਵਲ ਨੂੰ ਜਿਹੜਾ ਆਂਦਾ ਨਾ ਮੈਂ ਕਿਰਮੇ ਖਾਕੀ, ਨਾ ਮੈਂ ਆਦਮ ਜ਼ਾਤ ਹੂੰ, ਇਨਸਾਨ ਕੀ ਜਾਏ ਨਫ਼ਰਤ, ਅਸਲ ਗੱਲ ਹੈ ਮੈਂ ਸ਼ਿਰਕ ਕੋ ਸ਼ਿਫਾਇਆ। ਹਰ ਬੇਲੀ ਜਾਣਦਾ ਮੇਰੀ ਜ਼ਬਾਨ ਦੀ ਸਪੀਡ ਬੜੀ ਹੈ, ਰੁਕਦਾ ਇਸ ਵਾਸਤੇ ਪਿਆ ਕਿ ਸ਼ਿਰਕ ਕੋ ਸ਼ਿਫ ਹੀ ਆਇਆ ਤੇ ਆ ਬੱਚੇ ਬੈਠੇ ਮੈਨੂੰ ਕੀ ਆਖਣ ਕੇ ਸ਼ਾਹ ਹੋਰੀ ਕੀ ਬਿਆਨ ਕਰਨ ਲੱਗ ਪਏ ਨੇ, ਕੀ ਵਜ਼ਾਹਤ ਕਰਾਂ ਮੈਂ, ਹੂੰ ਇਨਸਾਨੋ ਕੀ ਯਾਰ। ਹਾਂ ਮੁਨਾਦਰੀ ਆਜ਼ਮ ਰਹਿਮਤੁੱਲਾ ਲੈ, ਇਹ ਵੀ ਫੈਜ਼ ਸ਼ਰਕਪੁਰ ਸ਼ਰੀਫ ਦਾ ਹੀ ਹੈ, ਮੌਲਾਨਾ ਅਬਦੁਲ ਤਵਾਸ ਸਾਹਿਬ ਰਹਿਮਤੁੱਲਾ ਦੇ ਬਾਅਦ ਮੁਨਾਦਰੀ ਆਜ਼ਮ ਮੌਲਾਨਾ ਮੁਹੰਮਦ ਉਮਰ ਸਾਹਿਬ ਰਹਿਮਤੁੱਲਾ ਲੈ ਮਰਦਈ ਨਾਲ ਮੁਨਾਦਰਾ ਪੈ ਕਰਨ। ਤਵੱਜੋ ਨਾਲ ਸੁਣ ਲਓ, ਆਪ ਨੇ ਫਰਮਾਇਆ ਹੋਇਆ ਕੀ ਹੈ ਇਨਸਾਨੋ ਕੀ ਯਾਰ। ਤੋ ਮਰਦਈ ਮੁਬੱਲਗ ਆਉਂਦਾ ਜੀ ਆ ਨੱਕ ਨੱਕ ਨੱਕ, ਉਹ ਵੀ ਮੁਨਾਦਰੇ ਆਦਮ ਸਨ, ਫਰਮਾਉਂਦੇ ਨੇ ਇਹਨੂੰ ਮੈਂ ਚੁੰਮ ਲੈਣਾ ਜਿਹਨੂੰ ਤੂੰ ਆਨਾ ਇਨਸਾਨੋ ਕੀ ਯਾਰ ਨੱਕ ਕੇ, ਤੇ ਜਿਹਨੂੰ ਸਾਰੀ ਦੁਨੀਆ ਆਉਂਦੀ ਹੋ ਨਾ ਉਹ ਤੁਸੀਂ ਚੁੰਮਿਆ ਕਰੋ। ਇਹਦੇ ਉੱਤੇ ਮੈਂ ਵਜ਼ਾਹਤ ਨਹੀਂ ਕਰ ਸਕਦਾ ਕਿਉਂਕਿ ਸ਼ੇਖਪੁਰ ਸ਼ਰੀਫ ਇਹ ਜੀ ਅੱਜ ਚਵਲ ਨਬੀ ਅੰਗਰੇਜ਼ਾਂ ਦਾ ਏਜੰਟ, ਅਜੇ ਤੱਕ ਅੰਗਰੇਜ਼ ਸਾਜ਼ਿਸ਼ ਕਰ ਰਿਹਾ, ਅਜੇ ਤੱਕ ਕਰ ਰਿਹਾ। ਕਦੀ ਕੋਈ ਵਜ਼ੀਰ ਅੱਗੇ ਆ ਜਾਂਦਾ, ਕਦੀ ਕੋਈ ਕੋਈ ਆ ਜਾਂਦਾ, ਹੁਣ ਜੱਜ ਅੱਗੇ ਆ ਗਿਆ। ਖਬਰਦਾਰ, ਇੱਥੇ ਕੋਈ ਤਬਦੀਲੀ ਨਹੀਂ ਆ ਸਕਦੀ। ਜਿੰਨੇ ਹਜ਼ੂਰ ਦੀ ਨਮੂਸ ਤੇ ਵੱਲ ਗੱਲ ਕੀਤੀ, ਅਸੀਂ ਮੌਜੂਦ ਆ ਨਬੀ ਪਾਕ ਦੇ ਦੀਵਾਨੇ, ਜਿਹੜੇ ਮੌਜੂਦ ਹੋ ਹੱਥ ਚੁੱਕ ਕੇ ਨਾਰਾ ਮਾਰ ਰਹੇ ਹੋ। ਉੱਚਾ ਉੱਚਾ ਖਬਰਦਾਰ, ਕਿਸੇ ਜ਼ੁਰਮ ਕੀਤੀ ਤੇ ਬਲਕਿ ਤੁਸਾਂ ਵੀ ਬਚਣਾ ਨਲੈਕੋ, ਇੰਜ ਕੁਰਸੀਆਂ ਨਹੀਂ ਰਹਿਣੀਆਂ, ਕਦੀ ਕੁਰਸੀ ਉੱਤੇ ਕਦੀ ਤੁਸੀਂ ਉੱਤੇ। ਜੇ ਕਾਮਯਾਬ ਹੋਣਾ ਜੇ ਨਾ ਇਹਨਾਂ ਯਹੂਦੋ ਨਸਾਰਾ ਵੱਲ ਮੂੰਹ ਫੇਰ ਲਓ ਤੇ ਮਦੀਨੇ ਵੱਲ ਕਰ ਲਓ, ਫਿਰ ਇਹ ਅਕੀਦਾ ਰੱਖੀ। ਦੂਰੋ ਨਜ਼ਦੀਕ ਅਰਜ਼ ਕਰਕੇ ਤੇ ਵੇਖ,
ਯਾਦ ਤੇ ਕਰ ਮਦੀਨੇ ਵਾਲੇ ਨੂੰ। ਉਹ ਜੀ ਹਜ਼ੂਰੀ ਸਾਡੀ ਨੀ ਸੁਣਨੀ ਤੇ ਸੁਣਨੀ ਕਿੰਨੇ ਨੇ? ਦੂਰੋ ਨਜ਼ਦੀਕ ਸੁਣਨੇ ਵਾਲਿਬੂ ਕਾਨ ਕਾਨੇ ਲਾਲੇ ਕਰਾਮਤ ਪੈ। ਮੈਂ ਤੇ ਪੰਜਾਬੀ ਚ ਫਕੀਰ ਦਾ ਜੁਮਲਾ ਕਹਿਣਾ ਹੁੰਦਾ ਵਾ, ਮੈਂ ਕਰਕੇ ਮਦੀਨੇ ਵੱਲ ਮੂੰਹ। ਮਜ਼ਾ ਅਜ ਸਰਗੀ ਵੇਲਾ ਸ਼ਿਰਕੋ ਜੀ ਬੈਠੇ ਆ। ਕਰਕੇ ਮਦੀਨੇ ਵੱਲ ਮੂੰਹ, ਇਹ ਆਕਾ ਤੈਨੂੰ ਯਾਦ ਕਰਾਂ। ਤਿੰਨ ਵਾਰੀ ਆ ਚੁੱਕੇ ਬੋਲੋ ਨੌਜਵਾਨੋ। ਕਰਕੇ ਮਦੀਨੇ ਵੱਲ ਮੂੰਹ, ਇਹ ਆਕਾ ਤੈਨੂੰ ਯਾਦ ਕਰਾਂ। ਵਾ ਦੱਸੇ ਤੱਕ ਆਏ ਤੇ ਗੂੰਜੇ ਤੇ ਮੀਆਂ ਸਾਹਿਬ ਮੌਤ ਜਾ ਰਹੇ ਤੇ ਕਰਮ ਹੋ ਜਾਏ, ਹਾਜ਼ਰੀ ਲੱਗ ਜਾਏ। ਕਰਕੇ ਮਦੀਨੇ ਵੱਲ ਮੂੰਹ, ਤੇ ਆਕਾ ਤੈਨੂੰ ਐ ਮੈਂ ਚੁੱਪ ਦਾ ਕਿਉਂ ਕਰਨਾ, ਯਾਦ ਕਰਾਂ ਤੇ ਕੌਣ ਕੌਣ ਬੋਲਦਾ ਪਿਆ। ਕਰਕੇ ਮਦੀਨੇ ਵੱਲ ਮੂੰਹ, ਤੇ ਆਕਾ ਤੈਨੂੰ ਮੈਂ ਕਰਕੇ ਮਦੀਨੇ ਵੱਲ ਤੇ ਆਕਾ ਤੈਨੂੰ ਯਾਦ ਕਰਾਂ। ਮਾਇਆ ਕਰਕੇ ਮਦੀਨੇ ਵੱਲ ਮੂੰਹ, ਤੇ ਆਕਾ ਤੈਨੂੰ ਯਾਦ ਕਰਾਂ, ਯਾਦ ਕਰਾਂ, ਯਾਦ ਕਰਾਂ। ਕਰਕੇ ਮਦੀਨੇ ਵੱਲ ਮੂੰਹ, ਕਰਕੇ ਮਦੀਨੇ ਵੱਲ ਮੂੰਹ, ਤੇ ਆਕਾ ਤੈਨੂੰ ਯਾਦ ਕਰਾਂ। ਅਨਿਆ ਦਿਲ ਦੇ ਅਨਿਆ ਵੇਖ, ਕਿਸੇ ਨਦਰ ਵਾਲੇ ਨੂੰ ਪੁੱਛ, ਫਿਰ ਹਰ ਪਾਸੇ ਦਿਸਣਾ ਹੈ ਤੂੰ। ਮੈਂ ਤੇ ਕਈ ਰਾਨਾ ਹੁੰਦਾ ਮਰਦਈਓ, ਉਹ ਅਜੇ ਵੀ ਸੱਚੀ ਤੋਬਾ ਕਰ ਲਓ, ਇੱਕ ਚਵਲ ਬੰਦੇ ਪਿੱਛੇ ਲੱਗ ਗਏ। ਮੈਨੂੰ ਕਿਸੇ ਬੰਦੇ ਦੱਸਿਆ, ਇੱਕ ਦੋ ਨੀ ਕਾਫੀ ਨੇ, ਮੈਂ ਕੋਈ ਜਾਤੀ ਆਪ ਨੀ ਪੜਿਆ, ਕਿ ਕਈ ਬੇਗੈਰਤ ਐਸੇ ਵੀ ਨੇ ਉਹ ਮੁਲਕੋ ਬਾਹਰ ਜਾਣ ਵਾਸਤੇ ਫਾਰਮ ਤੇ ਮਰਦਈ ਲਿਖ ਦਿੰਦੇ ਨੇ। ਅਸਤਗਫਿਰੁੱਲਾ, ਅਸਤਗਫਿਰੁੱਲਾ। ਮੈਨੂੰ ਇਹ ਵੀ ਪਤਾ ਲੱਗਾ, ਮੈਂ ਕਿੰਨੀ ਵੇਖਿਆ ਕਿ ਉਹ ਇਲਾਜ ਕਰਾਉਣ ਵਾਸਤੇ ਉਹ ਮੁਫਤ ਪੈਸੇ ਲਾ ਦਿੰਦੇ ਨੇ ਤੇ ਉੱਥੇ ਲਿਖ ਛੱਡਦੇ ਨੇ। ਮੈਂ ਇੱਕੋ ਹੀ ਪੈਗਾਮ ਦੇਵਾਂਗਾ, ਓਏ ਮਰ ਜਾ, ਓਏ ਮਰ ਜਾ, ਓਏ ਮਰ ਜਾ, ਤੋਂ ਤੇ ਬਿਹਤਰ ਏ। ਪਰ ਹਜ਼ੂਰ ਦਾ ਗੁਲਾਮ ਹੋ ਕੇ ਤੇ ਮਰ ਦੋ। ਇਸ ਗੱਲੋਂ ਇਹ ਜ਼ਿੰਦਗੀ ਨਾਲ ਤੇ ਮਰ ਜਾਂਦਾ। ਇਹ ਦੁਆ ਕਰਿਆ ਕਰੋ, ਸ਼ਾਨ ਵਾਲੀ ਜ਼ਿੰਦਗੀ ਹੋਵੇ ਹਜ਼ੂਰ ਦੀਆਂ ਗੁਲਾਮਾਂ ਦੀ, ਤੇ ਜਦੋਂ ਮਰੀਏ ਮਦੀਨੇ ਵਾਲੇ ਦੇ ਗੁਲਾਮੀ ਚ ਮਰੀਏ, ਬਾਈਮਾਨ ਮਰੀਏ। ਸ਼ਕੁਰ ਸ਼ਿਫਾਇਓ, ਆਮੀਨ ਕਹਿ ਲਓ। ਅਜੇ ਵੀ ਤੋਬਾ ਕਰਕੇ
ਇਸ ਕਾਣੇ ਦਜਾਲ ਤੇ ਲਾਨਤ ਭੇਜੋ, ਆਓ ਮਦੀਨੇ ਵਾਲੇ ਦੇ ਗੁਲਾਮ ਬਣ ਜਾਓ। ਨਾਲ ਇੱਕ ਮੈਂ ਲਫ਼ਜ਼ ਬੋਲਿਆ, ਅਨਬੀ ਸਾਹਿਰ, ਇਹ ਸੁਣੋ ਨਬੀ ਦਾ ਮਾਨਾ, ਅਨਬੀ ਸਾਹਿਰ ਮੇਰਾ ਦੇਖੋ, ਨਬੀ ਉਹ ਹੁੰਦਾ ਜਿਹਨੂੰ ਵੇਖਿਆ ਸਾਰੀ ਪਤਾ ਲੱਗ ਜਾਏ ਕੋਈ ਨਬੀ ਏ ਜੀ, ਤੇ ਜਿਹਦੀ ਇੱਕ ਅੱਖ ਕੋਈ ਨਾ ਹੋਏ, ਇੱਕ ਅੱਖੋਂ ਕਾਣਾ ਤੇ ਇੱਕ ਭਿੰਗੀ, ਇਹ ਜਿਹਾ ਬੰਦਾ ਦੋ ਬੰਦਿਆਂ ਕੋਲ ਲਿੱਤਰ ਖਾਂਦਾ, ਇੱਕ ਜਿਹਦੇ ਵੱਲ ਵੇਂਹਦਾ ਹੋਵੇ, ਇੱਕ ਜਿਹਦੀ ਗੱਲ ਕਰਦਾ ਹੋਵੇ, ਉਹ ਦੂਜਾ ਵੀ ਐਵੇਂ ਠਾ ਬੂਥੇ ਤੇ ਲਿੱਤਰ ਮਾਰਦਾ, ਮੈਨੂੰ ਕਿਉਂ ਆਖੀ ਪਾਉਂਦਾ, ਤੇ ਮੈਂ ਤੇ ਉਹਨੂੰ ਵੀ ਆਉਂਦਾ ਹੁੰਦਾ, ਵੇਂਹਦਾ ਤੇ ਮੇਰੇ ਦਾ ਪਿਆ, ਅਨਬੀ ਜ਼ਾਹਿਰ, ਨਬੀ ਉਹ ਹੁੰਦਾ ਜਿਹੜੇ ਵੇਖੇ ਹੀ ਪਤਾ ਲੱਗ ਜਾਏ। ਇੱਕ ਬੱਤੀ ਵਾਲਾ ਤੇ ਟਰੱਕ ਗੱਡੀ ਨੀ, ਲੋਕ ਮੋਟਰ ਵੇ ਤੇ ਚੜ੍ਹਨ ਦਿੰਦੇ ਬਗੈਰ ਤੋਂ, ਤੁਸੀਂ ਨਬੀਆਂ ਦੀ ਸਰ ਚ ਰਲਾ ਦਿੱਤਾ, ਫਿਰ ਬੰਦਾ ਵੀ ਉਹ ਜਿਹੜਾ ਐਡਾ ਖਬੀਸ ਸੀ, ਆਂਦਾ ਮੈਂ ਕਦੀ ਬੀਬੀ ਕਦੀ ਬੰਦਾ, ਇੱਕ ਲੱਖ ਕਈ ਹਜ਼ਾਰ ਨਬੀਆਂ ਰਸੂਲਾਂ ਕੋਲ ਆਉਣ ਵਾਲੇ ਹਜ਼ਰਤ ਜਬਰੀਲ ਸਲਾਮ, ਇਹਦੇ ਕੋਣ ਵਾਲਾ ਟੀਚੀ 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 ਟੀਚੀ, ਇਹ ਬੰਦੇ ਕਿਹਦੀਆਂ ਲਾਇਆ, ਜਿਹੜਾ ਬੀਬੀ ਵੀ ਹੈ ਤੇ ਬੰਦਾ ਵੀ ਹੈ, ਅੱਗੇ ਆਂਦਾ ਆ ਕੇ ਆਈ ਲਵ ਯੂ, ਫਿਰੇ ਮੂੰਹ ਤੁਹਾਡੇ ਮੰਨਣ ਦਾ ਤੇ ਉਹਦੇ ਐਲਾਨ ਕਰਨ ਦਾ, ਇੱਧਰ ਆ ਅਨਬੀ ਜ਼ਾਹਿਰ ਵਦੂਹਾ ਵੱਲੈਲੀ ਇਜ਼ਾ ਸਜਾ, ਇੱਕ ਜ਼ੋਰ ਨਾਲ ਸੁਭਾਨ ਅੱਲਾਹ ਕਹੋ, ਹਦੀਸ ਦੀਆਂ ਕਿਤਾਬਾਂ ਪੜ੍ਹੋ, ਉਲਮਾ ਇਕਰਾਮ ਤਸਦੀਕ ਫਰਮਾ ਲੈ, ਆਵਾਮ ਅੰਦਰ ਵੀ ਸਟੇਜ ਤੇ ਵੀ ਸਾਹਿਬਜ਼ਾਦਗਾਨ ਤਸਦੀਕ ਫਰਮਾ ਲੈ, ਮੱਕੇ ਦੀਆਂ ਕਾਫਰਾਂ ਨੇ ਇਹ ਵੀ ਗੱਲ ਮਸ਼ਹੂਰ ਕਰ ਦਿੱਤੀ, ਜਦੋਂ ਕੋਈ ਬਾਤ ਕਾਰਗਰ ਸਾਬਤ ਨਾ ਹੋਈ, ਉਹਨੇ ਰੌਲਾ ਪਾਇਆ ਆਪਣੇ ਚਮਚੇ ਤੇ ਕੱਛੇ ਗਲੀਆਂ ਦੇ ਅੰਦਰ ਛੱਡ ਦਿੱਤੇ, ਜਾ ਕੇ ਆਵਾਜ਼ਾਂ ਲਾਓ, ਪਰਾਪੇ ਗਣਾ ਕਰੋ, ਮਾਦ ਅੱਲਾ ਨਕਲੇ ਕੁਵਰ ਕੁਵਰ ਨਾ ਬਾਜੁਦ, ਲੋਗੋ ਇਹਦੇ ਮੱਥੇ ਨਾ ਲੱਗੋ, ਇਹਦੀ ਜ਼ਿਆਰਤ ਨਾ ਕਰੋ, ਮਾਦ ਅੱਲਾ ਇਹ ਬੜਾ ਜਾਦੂਗਰ ਏ, ਜਿਹੜਾ ਵੇਂਦਾ ਏਦਾ ਹੋ ਜਾਂਦਾ ਏ, ਬੰਦੇ ਤੇ ਕਿਧਰੇ ਰਹਿ ਗਏ, ਇਹ ਰੋੜਿਆਂ ਨੂੰ ਕਲਮਾ ਪੜਾ ਜਾਣਦਾ, ਸੁੱਕੀਆਂ ਖਜੂਰਾਂ ਉਗਾ ਜਾਣਦਾ, ਤੇ ਗੁੰਗਿਆਂ ਤੋਂ ਗੱਲਾਂ ਕਰਾ, ਇਹਦੇ ਮੱਥੇ ਨਾ ਲੱਗੋ, ਇਹਦੀ ਜ਼ਿਆਰਤ ਨਾ ਕਰੋ। ਅਬਦੁੱਲਾ ਬਿਨ ਸਲਾਮ, ਬਲਕਿ ਤੇਰਾ ਸ਼ੇਰ ਪੜਾਂਗਾ, ਉਹ ਦੱਸ ਕੀਏ ਜਾਦ ਨਦਰ ਵਿੱਚ ਤੇਰੀ, ਨਜ਼ਰ ਵਿੱਚ ਤੇ
ਜਿਹੜਾ ਆਵੇ ਉਹ ਵਿਕ ਜਾਵੇ, ਉਹ ਜਿਹੜਾ ਆਵੇ ਉਹ ਵਿਕ ਜਾਵੇ, ਮੱਥੇ ਚਮਕੇ ਲਾ ਨੂਰਾਨੀ, ਕੋਈ ਵਿਰਲਾ ਜਾਨ ਬਚਾ ਆਵੇ ਤੇ ਜੇ ਉਹ ਖੋਲੇ ਵੱਲ ਜ਼ੁਲਫਾਂ ਦਾ ਤੇ ਰਾਈ ਰਾ ਭੁੱਲ ਜਾ ਸੋਨਾ ਮਾਈ, ਸਾਨੂੰ ਕਿਧਰੇ ਨਜ਼ਰੀ ਨਾ ਆਵੇ, ਇੱਕ ਪਾਸੇ ਵਧੂਆ ਦੇ ਚਿਹਰੇ ਵਾਲਾ ਉੱਥੇ ਕਾਣਾ ਤੇ ਪਿੰਗਾ, ਇੱਧਰ ਮਾ ਜ਼ਾਗਲ ਬਸਰੋ ਮਾਤਗਾ। ਲੋ ਤੁਹਾਨੂੰ ਇੱਕ ਢੋਲਾ ਸੁਣਾਵਾ ਮਾਈਆ, ਉੱਚੀ ਬੋਲਿਆ ਜੇ ਦੋ ਨੈਣ ਦੋ ਨੈਣ ਦੋ ਨੈਣ ਵੇ ਮਾਈਆ ਤੇਰੇ ਨੈਣ, ਵੇ ਸੋਹਣਾ ਤੇਰੇ ਨੈਣ, ਵੇ ਮਦਨੀ ਤੇਰੇ। ਉੱਚਾ ਬੋਲੋ ਅਗਰ ਥੱਕੇ ਬੈਠੇ ਹੋ, ਵੇ ਮਦਨੀ ਤੇਰੇ ਨੈਣ, ਵੇ ਸੁਣ ਨਾ ਸੁਣੋ ਬੇਸ਼ੱਕ ਮੈਂ ਆਪਣੇ ਆਪ ਨੂੰ ਸੁਣਾਉਣਾ ਪਿਆ ਤੈਨੂੰ ਪਤਾ ਹੀ ਨਹੀਂ। ਵੇ ਮਦਨੀ ਤੇਰੇ ਨੈਣ, ਵੇ ਸੋਹਣਾ ਤੇਰੇ ਨੈਣ, ਵੇ ਮਾਈਆ ਤੇਰੇ ਨੈਣ, ਵੇ ਤੇਰੇ ਨੈਣ ਤੇਰੇ ਨੈਣ ਤੇਰੇ ਨੈਣ, ਵੇ ਮਦਨੀ ਸੁਰਮਾ ਤਗਾਦਾ ਏ।
ਮੈਂ ਸੀਰਤ ਦੀਆਂ ਕਿਤਾਬਾਂ ਚ ਵੀ ਇੱਕ ਵਾਕਿਆ ਬਿਆਨ ਕਰਨਾ, ਉਹ ਸਮਾਚਾਰ ਹੋ ਗਏ। ਚਲੋ ਇੱਕ ਪੀਰਾਂ ਦੀ ਗੱਲ ਕਰਾਂਗੇ, ਇਹ ਵਾਕਿਆ ਸੁਣੋ, ਉਹਦਾ ਵੀ ਖੁਲਾਸਾ ਬਿਆਨ ਕਰ ਦੇਣਾ। ਸਰਕਾਰ ਤੇਰੇ ਤੇ ਮੇਰੇ ਆਕਾ ਇਮਾਮ ਉਲੰਬੀਆ ਸੈਯਦ ਉਲੰਬੀਆ ਉਮਰ 25 ਸਾਲ, ਕਿੰਨੀ ਹੈ ਆਖੋ? 25 ਸਾਲ ਕਿੰਨੀ ਉਮਰ ਹੈ? ਸੈੱਲ ਮੁੱਕ ਗਿਆ ਜੇ ਕਿ ਹਜੇ? ਕਿੰਨੀ ਉਮਰ ਹੈ? ਜਦੋਂ ਆ ਪੈਦੇ ਤਾਜਰ ਗੈਰ, ਮੈਂ ਬਿਲਕੁਲ ਖੁਲਾਸਾ ਬਿਆਨ ਕਰਨਾ, ਵਰਨਾ ਇਹ ਹੀ ਬਿਆਨ ਕਰਦੇ ਰਹਾਂ ਤੇ ਭਾਵੇਂ ਘੰਟਾ ਲੱਗ ਜਾਏ। ਮੰਡੀ ਜਾਂਦੇ ਹੋ ਲੋਕ ਸੌਦਾ ਲੈ ਕੇ ਜਾਂਦੇ ਨੇ ਵੇਚਣ ਵਾਸਤੇ, ਗੰਦਮ ਵੀ ਚਾਵਲ ਵੀ ਸਬਜ਼ੀਆਂ ਵੀ ਫਲ ਵੀ, ਢੇਰ ਲਾ ਦੇਈਦੇ ਨੇ, ਗਾਹਕ ਆ ਜਾਂਦੇ ਨੇ। ਸਰਕਾਰ ਵੀ ਮਾਲ ਦਾ ਢੇਰ ਲਾਇਆ ਮੇਰੇ ਵੱਲ ਵੇਖੋ। ਅਨਬੀ ਅਸਾਹਿਰ ਇੱਕ ਰੁੱਖ ਦੇ ਥੱਲੇ ਬਹਿ ਗਏ, ਉਸ ਵੇਲੇ ਦਾ ਚੋਟੀ ਦਾ ਰਾਹਬ ਜਦੋਂ ਧਿਆਨ ਮਾਰਿਆ ਨਾ, ਦੌੜ ਕੇ ਅੰਦਰ ਗਿਆ, ਇੱਕ ਕਿਤਾਬ ਸਾਹਮਣੇ, ਮੇਰਾ ਵੇਖੋ ਸਾਹਮਣੇ ਖਲੋ ਗਿਆ, ਨਾਲੇ ਕਿਤਾਬ ਪੜ੍ਹਦਾ ਹੈ ਨਾਲੇ ਹਜ਼ੂਰ ਵੱਲ ਵੇਂਦਾ ਹੈ, ਉੱਚੀ ਉੱਚੀ ਉੱਚੀ, ਨਾਲੇ ਕਿਤਾਬ ਪੜ੍ਹਦਾ ਨਾਲੇ ਹਜ਼ੂਰ ਵੱਲ ਵੇਂਦਾ ਹੈ। ਵਰਕੇ ਥੁੱਲੀ ਆਉਂਦਾ, ਪੜ੍ਹੀ ਆਉਂਦਾ, ਵੇਖੀ ਆਉਂਦਾ ਤੇ ਨਾਲ ਹੀ ਰੋਣਾ ਸ਼ੁਰੂ ਕਰ ਦਿੱਤਾ, ਕਿਤਾਬ ਠੱਪ ਕੇ ਨਾ ਤੇ ਮੰਡੀ ਵੱਲ ਮੂੰਹ ਕਰਦਾ, ਜਿੱਦਾਂ ਲੋਕ ਜਾਂਦੇ ਨੇ ਪਏ, ਲੋਕ ਜਮ ਹੋਏ ਨੇ, ਸੌਦਾ ਤੱਕਦੇ ਨੇ ਪਏ, ਮਾਲ ਚੈੱਕ ਪੈ ਕਰਦੇ ਨੇ, ਉਹਨਾਂ ਦੀ ਅਰਬੀ ਚ ਗੱਲ ਕੀਤੀ ਹੈ, ਮੈਂ ਤੁਹਾਨੂੰ ਸਮਝਾਉਣੀ ਹੈ। ਉਹ ਆਂਦਾ ਓ ਲੋਗੋ, ਹਾਫਸਾਂ ਬਾਦੀ ਬੋਲੀ ਜਾਂਦੇ ਨੇ, ਓਏ ਮੁਲਖੋ, ਓਏ ਸਊਦੀ ਵੱਲ ਫੇਰ ਜਾਇਆ ਜੇ, ਆ ਜਿਹੜਾ ਨੌਜਵਾਨ ਰੁੱਖ ਦੇ ਥੱਲੇ ਬੈਠਾ ਜੇ ਨਾ, ਇਹ ਆਮ ਬਸ਼ਰ ਨਹੀਂ ਜੇ, ਇਹ ਆਖਰੀ ਨਬੀ ਖਤਮੇ ਨਬੂਵਤ ਦਾ ਤਾਜ ਦਾ। ਜਾਨਵਰ ਚੰਗੇ ਜਿਹੜੇ ਹਜ਼ੂਰ ਨੂੰ ਪਹਿਚਾਣ ਗਏ, ਜਿਨ੍ਹਾਂ ਨੂੰ 25 ਸਾਲ ਚ ਪਤਾ ਲੱਗ ਗਿਆ, ਇਹ ਖਤਮੇ ਨਬੂਵਤ ਦਾ ਤਾਜਦਾਰ ਬੈਠਾ ਹੋਇਆ। ਤੂੰ ਵਹੀਆਂ ਲੱਭਦਾ ਫਿਰਨਾ, ਫਿਰ ਤੁਸੀਂ ਮੰਡੀ ਜਾਂਦੇ ਹੋ ਚਾਵਲ ਲੈਣ ਤੇ ਚਾਵਲ ਚੈੱਕ ਕਰਦੇ ਹੋ, ਗੰਦਮ ਚੈੱਕ ਕਰਦੇ ਹੋ, ਫਲ, ਖੁਦਾ ਦੀ ਕਸਮ ਕਿਤਾਬਾਂ ਪੜ੍ਹੋ ਮੇਰੇ ਵੱਲ ਵੇਖੋ, ਅੱਜ ਕੋਈ ਨੀ ਵਹਿੰਦਾ ਪਿਆ, ਐ ਅੱਗੇ ਨੇ ਨਾ ਤੇ ਸਾਹਮਣੇ ਸਰਕਾਰ ਨੇ ਤੇ ਪੰਜਾਬੀ ਚ ਮਖੂ ਮੰਗਣੇ, ਓਏ ਉਹ ਵੇਖ ਕੀ ਏਡਾ ਸੋਹਣਾ, ਕੀ ਆਂਦੇ ਨੇ ਏਡਾ ਸੋਹਣਾ? ਨੀ ਮੈਂ ਆਖਿਆ, ਮੈਂ ਦੇਖਿਆ ਇੱਕ ਦੂਜੇ ਨੂੰ ਆਉਂਦੇ, ਉਹ ਵੇਖ ਯਾਰ ਬੜੇ ਬੜੇ ਸੋਹਣੇ ਵੇਖੇ ਜੇ, ਏਡਾ ਸੋਹਣਾ, ਬੋਲੋ ਹਜ਼ਰਾ ਮਦੀਨੇ ਵਾਲ ਦਾ ਇਸ਼ਕ ਲੈ ਕੇ ਕੀ ਆਉਂਦੇ ਸਨ, ਏਡਾ ਸੋਹਣਾ,
ਏਡਾ ਸੋਹਣਾ, ਏਡਾ ਸੋਹਣਾ ਕਿ ਖਾਲਿਕ ਨੇ ਤੁਝੇ ਐਸਾ, ਖਾਲਿਕ ਨੇ ਤੁਝੇ ਐਸਾ ਤਰਹਾਦਾਰ ਬਣਾਇਆ, ਤਰਹਾਦਾਰ ਬਣਾਇਆ ਯੂਸਫ ਤੇਰਾ ਤਾਲਿਬੇ ਦੀਦਾਰ ਬਣਾਇਆ। ਘੰਟਾ ਨਹੀਂ, 4:25 ਹੋ ਜਾਂਦੇ, 25 ਹੁੰਦੇ ਨੇ ਪੈ ਤੇ ਮਜ਼ੀਦ ਕੋਈ ਕਿਸੇ ਮਾਨੇ ਦੀ ਮੇਰਾ ਦਿਲ ਕਰਦਾ ਸੀ ਇੱਕ ਇੱਕ ਲਫ਼ਜ਼ ਦਾ ਇੱਕ ਇੱਕ ਮਾਨਾ ਕਰਕੇ ਨਾ ਤੇ ਤੁਹਾਨੂੰ ਮਕਾਮੇ ਨਬੂਵਤ ਮਕਾਮੇ ਮੁਸਤਫਾ ਇਹ ਫਿਤਨਾ ਜਿਹੜਾ ਹੈ ਕੋਈ ਨਾ ਕੋਈ ਸਿਰ ਚੁੱਕਦਾ ਰਹਿੰਦਾ ਹੈ। ਉਂ ਤੇ ਅੱਲਾ ਦਾ ਫਜ਼ਲ ਇਹ ਚਵੜਾ ਮਾਰਦੇ ਨੇ ਜਦੋਂ ਸਿਰ ਚੁੱਕਣਾ ਨੇ ਖਾਣੇ ਦੇ ਲਿੱਤਰ ਹੀ ਨੇ। ਇਹ ਪਾਕਿਸਤਾਨ ਹੈ, ਭਾਵੇਂ ਵਜ਼ੀਰ ਆਜ਼ਮ ਹੋਵੇ ਤੇ ਭਾਵੇਂ ਕੋਈ ਹੋਰ ਲੀਡਰ ਹੋਵੇ, ਇੱਥੇ ਕਿਸੇ ਨੂੰ ਮਾਫ਼ੀ ਨਹੀਂ ਆਉਣੀ। ਜਿਹਨੇ ਹਜ਼ੂਰ ਦੀ ਗੱਲ ਕੀਤੀ ਖਤਮੇ ਨੂੰ ਮਰਦਈਆਂ ਦਾ ਸਾਥ ਦਿੱਤਾ, ਯਾਦ ਰੱਖਿਆ ਜੇ ਤੁਹਾਨੂੰ ਬਚਾਉਣ ਲੱਗਿਆ ਵੀ ਕਿਸੇ ਨੇੜੇ ਨਹੀਂ ਆਉਣਾ, ਉਹ ਤੇ ਸ਼ਰਾਰਤਾਂ ਕਰਦੇ ਨੇ ਤੁਹਾਨੂੰ ਅੱਗੇ ਲੱਗ ਕੇ, ਹਜ਼ੂਰ ਦੇ ਦੀਵਾਨਾਂ ਨੂੰ ਫਿਰ ਡੱਕਣ ਵਾਲਾ ਕੋਈ ਨਹੀਂ ਆਉਣਾ। ਜਿਹੜਾ ਤਾਈਦ ਕਰਦਾ ਇਸ ਗੱਲ ਦੀ ਆ ਚੁੱਕ ਲਵੇ ਹਜ਼ੂਰ ਦੀ ਇੱਜ਼ਤ ਤੇ ਅਜ਼ਮਤ ਵਾਸਤੇ। ਅਲਹਮਦੁਲਿਲਾ ਤੋਂ ਸ਼ਰੀਫ ਤੇ ਆਏ ਹਾਂ ਕਿਉਂਕਿ ਛੋਟੇ ਵੀ ਅਬਦੁਰਮਾਨ ਸਾਹਿਬ ਉਹ ਮੈਨੂੰ ਉਹਨਾਂ ਨੂੰ ਉਹ ਸ਼ੇਰ ਜ਼ਰੂਰ ਪੜਿਆ ਜਾ, ਉਹ ਹੁਣ ਉਹ ਜਿਹੜੇ ਨੇ ਉਹ ਮੈਨੂੰ ਪਤਾ ਉਹ ਮੈਨੂੰ ਕੀ ਆਉਂਦੇ ਸਨ। ਅਤੇ ਸੱਚੀ ਗੱਲ ਇਹ ਵੇਲੀ ਆ ਉਹ ਇਹ ਹੀ ਹੈ, ਹਜ਼ਰਤ ਪੀਰ ਸੈਯਦ ਪੀਰੇ ਤਰੀਕਤ ਰਹਿਬਰੇ ਸ਼ਰੀਅਤ ਹਜ਼ਰਤ ਪੀਰ ਸੈਯਦ ਮੁਹੰਮਦ ਅਲੀ ਸ਼ਾਹ ਸਾਹਿਬ, ਸਾਰੇ ਆਖੋ ਨਾ ਰਹਿਮਤੁੱਲਾ ਆਸਤਨ ਆਲੀਆ ਹਜ਼ਰਤ ਕਰਮਾ ਵਾਲਾ ਸ਼ਰੀਫ। ਤੁਸਾਂ ਪੁਰਾਣੇ ਬੰਦਿਆਂ ਬਹਾਰਾਂ ਵੇਖੀਆਂ ਨੇ ਸਟੇਜ ਤੇ ਕੌਣ ਕੌਣ ਹੁੰਦਾ ਸੀ ਜੀ, ਹੁਣ ਤਾਂ ਇੱਕ ਟੋਟੂ ਰਹਿ ਗਿਆ ਉਹ ਵੀ ਖਲੋਤਾ ਨਹੀਂ ਜਾਂਦਾ। ਇਸ ਸਟੇਜ ਤੇ ਮੈਂ 3:17 ਖਲੋ ਕੇ ਤਕਰੀਰ ਕੀਤੀ ਹੈ ਇਸ ਸਟੇਜ ਤੇ, ਵਕਤ ਦੀ ਗੱਲ ਹੁੰਦੀ ਹੈ। ਉਹ ਜਿਹੜਾ ਉਹ ਹਜ਼ਰਾਤ ਹਾਜ਼ਰੀ ਵਾਸਤੇ ਆਉਂਦੇ ਸਨ ਉਹ ਜਿਹੜੇ ਬੰਦੇ ਪੁਰਾਣੇ ਬੇਲੀ ਬੈਠੇ ਹੋ ਤੁਸੀਂ ਜਾਣਦੇ ਹੋ ਕੀ ਮਜ਼ੇ ਸਨ ਕੀ ਰੌਣਕਾਂ ਸਨ। ਅਲਹਮਦੁਲਿਲਾ ਹੁਣ ਵੀ ਰੌਣਕਾਂ ਹੀ ਨੇ, ਉਂਝ ਬੰਦੇ ਜਾਣ ਨਾਲ ਫਰਕ ਪੈਂਦਾ ਹੈ। ਮੈਂ ਗੱਲ ਇਹ ਕਰਨਾ ਪਿਆ ਤੇ ਮੈਂ ਇੱਥੇ ਸ਼ੇਰ ਪੜ੍ਹਨਾ ਨਾ ਕਰਨਾ ਤੇ ਆਹ ਜਿਹੜਾ ਮੈਨੂੰ ਹੁਣ ਮੀਆਂ ਸਾਹਿਬ ਨੇ ਫਰਮਾਇਆ ਇੱਥੇ ਮੈਨੂੰ ਫਰਮਾਉਣ ਲੱਗੇ ਪੀਰ ਜੀ ਕਦੀ ਸਾਡੇ ਕੋਲ ਵੀ ਆ ਜਾਇਆ ਕਰੋ, ਤੇ ਮੈਂ ਜਨਾਬ ਤੁਸੀਂ ਫਰਮਾਏ ਕਦੀ ਨਹੀਂ ਤੇ ਫਰਮਾਉਂਦੇ ਨੇ ਫਰਮਾਉਣ ਵਾਲੀ ਕਿਹੜੀ ਗੱਲ ਹੈ। ਮੈਂ ਹੁਣ ਤੁਹਾਨੂੰ ਕਹਿ ਦੇਣਾ ਤੁਹਾਡਾ ਆਪਣਾ ਖੈਰ ਮਾਊਰ ਸ਼ਰੀਫ ਤੇ ਗਿਆ ਇਸ ਮਸਜਿਦ ਸੇਮ ਦੇ ਸਾਹਮਣੇ ਕਮਰਾ ਸੀ ਉਹਨਾਂ ਦਾ ਤੇ ਬਾਹਰ ਨਿਕਲ ਕੇ ਆਉਂਦੇ ਨੇ ਉਹ ਸ਼ਾਹ ਜੀ ਆਪਾਂ ਨੂੰ ਉਹ ਸ਼ੇਰ ਸੁਣਾਓ ਉਹ ਜਿਹੜਾ ਸ਼ਿਲਪੋ ਸੀ ਪੜ੍ਹਦੇ ਹੋ। ਮੈਂ ਕਿਹਾ ਅੱਛਾ ਜੀ ਯਕੀਨ ਕਰੋ ਲੋਕੋ ਮੈਂ ਸ਼ੇਰ ਪੜਾਂ ਤੇ ਸਹੀ ਇਹਦਾ ਫਿਰੇ ਤੇ ਨਾ ਲੱਖੇ ਇਹ ਪੀਰ ਉਰੀ ਠੀਕ ਆਂਦੇ ਜੇ ਪੈ ਸ਼ੇਰੇ ਰੁਬਾਨੀ ਜੀ ਆ ਪੀਰ ਕੋਈ ਨਹੀਂ ਜੇ ਉਹ ਸ਼ੇਰੇ ਸੀ ਮੇਰੇ ਪੀਰ ਜੀ ਆ ਨਹੀਂ ਜੇ ਪੀਰ ਕੋ
ਨਾਲ ਸਾਰੇ ਅਸੀਂ ਪੀਰ ਭਾਈ ਨਹੀਂ ਬੈਠੇ। ਹੁਣ ਮੈਂ ਕੱਲਾ ਨਾ ਪੜਾਂ, ਤੁਸੀਂ ਵੀ ਆਖੋ। ਵੇਖੋ ਨਾ, ਹੱਥ ਮੈਂ ਵੀ ਨੀ ਥੱਲੇ ਕਰਨਾ ਤੇ ਤੁਸੀਂ ਵੀ ਨੀ ਕਰਨਾ। ਜਿਹੜਾ ਇਸ ਦਰ ਨੂੰ ਸਹੀ ਮੰਨਦਾ ਚੁੱਕ ਲਵੇ। ਬੁੱਢਾ ਬਿਮਾਰ ਹੋ ਸੀ, ਪੰਜ ਵਾਰੀ ਮੈਂ ਪੜਨਾ ਤੇ ਪੰਜ ਵਾਰੀ ਆਵਾਜ਼ ਤੁਹਾਡੀ ਇੱਥੇ ਆਏ। ਮੇਰੇ ਪੀਰ ਜਿਆ ਨਹੀਂ ਜੇ, ਨਹੀਂ ਜ਼ੋਰ ਨਹੀਂ ਜਲਾਇਆ, ਜ਼ੋਰ ਨਹੀਂ ਜਲਾਇਆ, ਗੂੰਜ ਪਾ ਦਿਓ। ਕਿਹੜਾ ਪੀਰ ਕੋਈ ਨਹੀਂ ਕਹਿ ਸਕਦੇ, ਮੇਰੇ ਪੀਰ ਜਿਆ ਨਹੀਂ ਜੇ, ਪੀਰ ਕੋਈ ਪੀਰ ਜਿਆ ਨਹੀਂ ਜੇ, ਪੀਰ ਕੋਈ ਚਾਰੇ ਕੂਟਾਂ ਆਣ ਨਵਾਂ ਮੇਰੇ ਪੀਰ ਨੂੰ ਰੱਬ ਤੁਫੀ ਬਖਸ਼ੀ, ਲੱਖਾਂ ਸੰਗਤਾਂ ਤੋੜ ਚੜਾਈਆਂ ਨੇ। ਨਹੀਂ ਇੰਜ ਨਹੀਂ, ਉੱਠ ਕੇ ਨਾਰਾ ਮਾਰ ਤੇ ਪੰਜ ਵਾਰੀ ਨਾਰਾ ਮਾਰ, ਸਾਰੇ ਸਾਰੇ ਚੀਜ਼ ਜਵਾਬ ਦਿਓ। ਤੇਰੇ ਸੈੱਲ ਮੁੱਕੇ ਨੇ ਓਏ, ਉਹ ਜਵਾਨ ਜਿਹਾ ਮੁੰਡਾ ਨਾਰਾ ਮਾਰ ਉੱਠ ਕੇ ਆਸਤਾਂ ਨਾਲ ਸਤਿਗੁਰਜੀ। ਇੱਕ ਮੁੰਡਾ ਚੰਗ ਜ਼ੋਰ ਨਾਲ, ਜਿਵੇਂ ਟਿਲ ਨਾਲ ਨਾਰਾ ਮੈਂ ਸੁਣਨਾ ਚਾਹਨਾ ਨਾ, ਤੂੰ ਲੱਗਾ ਮੈਨੂੰ ਨਹੀਂ ਸਹਿਣ ਜੀ ਸਹਿਣ, ਜਿਵੇਂ ਦੁੱਧ ਪੀਣਾ ਪਰ ਤੂੰ ਵੀ ਬਰਗਰ ਹੀ ਹੈ। ਐ ਠੀਕ ਹੈ ਮੁੰਡਾ, ਇੱਕ ਮਿੰਟ ਆਰੀ, ਇਹ ਮੁੰਡਾ ਨਾਰਾ ਮਾਰਦਾ ਤੇ ਮੈਂ ਵੀ ਜਵਾਬ ਦੇਣਾ। ਹੁਣ ਮਾਰ ਨਾਰਾ ਓਏ, ਹੌਸਲੇ ਨਾਰਾ ਮਾਰ ਤਸੱਲੀ ਨਾਲ। ਇੱਕ ਨਾਰਾ ਨੂੰ ਮੈਂ ਮਾਰਨਾ ਤੇ ਹੱਥ ਲੈ ਕਰਿਆ ਜੇ, ਫੈਜ਼ੇ ਸ਼ੇਰੇ ਰੱਬਾਨੀ, ਫੈਜ਼ੇ ਸ਼ੇਰੇ ਰੱਬਾਨੀ, ਮੈਂ ਜੇ ਜ਼ੋਰ ਲਾ ਦਿਓ, ਫੈਜ਼ੇ ਸ਼ੇਰੇ ਰੱਬਾਨੀ, ਫੈਜ਼ੇ ਸ਼ੇਰੇ ਰੱਬਾਨੀ, ਵਿਗੜੀ ਮੇਰੀ ਬਣਾ ਦੋ ਵਰਨਾ ਕਹੇਗੀ ਦੁਨੀਆ, ਵਿਗੜੀ ਮੇਰੀ ਬਣਾ ਦੋ ਵਰਨਾ ਕਹੇਗੀ ਦੁਨੀਆ, ਯੇ ਸ਼ਰਕਪੁਰ ਕਾ ਮੰਗਤਾ ਫਿਰਤਾ ਹੈ ਮਾਰਾ ਮਾਰਾ, ਯੇ ਸ਼ਰਕਪੁਰ ਕਾ ਮੰਗਤਾ ਫਿਰਤਾ ਹੈ। ਫੈਜ਼ੇ ਸ਼ੇਰੇ ਰਬਾਨੀ, ਫੈਜ਼ੇ ਸ਼ੇਰੇ ਰਬਾਨੀ, ਫੈਜ਼ੇ ਸਾਨੀ ਲਾਸਾਨੀ, ਫੈਜ਼ੇ ਮੇਰੇ ਆਕਾ ਨਿਮਤ ਸੈਯਦੀ ਤਾ ਮੁਰਸ਼ਦੀ ਹਜ਼ੂਰ ਸ਼ਬੀਏ।
ਜ਼ੋਰ ਨਾਲ ਜ਼ੋਰ ਨਾਲ ਜਿਵੇਂ ਅੰਦਰੋਂ ਖੂਹ ਚੁਣੀ ਕੇ ਬੋਲਦੇ ਹੋ ਤੁਹਾਡੇ ਇੰਨੀ ਆਵਾਜ਼ ਹੈ, ਫਿਰ ਨਾਰਾ ਮਾਰੋ ਜੀਵੇ ਜੀਵੇ। ਮਾਸ਼ਾਅੱਲਾ 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 ਜ਼ਿੰਦਾਬਾਦ। ਜ਼ਿੰਦਾਬਾਦ ਖੁਸ਼ ਰਹੋ ਪੁੱਤਰਾ। ਦਿਲ ਦੀ ਸੁਣੋ ਫਰਿਆਦ। ਬੜੇ ਅਦਬ ਨਾਲ ਮੈਂ ਅਰਜ਼ ਕਰਨ ਲੱਗਾ, ਤੁਸੀਂ ਵੀ ਅਰਜ਼ ਕਰ ਲਓ, ਮੰਗਣ ਦਾ ਵੇਲਾ ਜੇ ਟਾਈਮ ਵੇਖ ਲਓ। ਦਿਲ ਦੀ ਮੈਂ ਕਹਾਂਗਾ ਅਸਤੇਤ ਵੀ ਕੋਈ ਚੁੱਪ ਨਾ ਕਰੇ। ਦਿਲ ਦੀ ਸੁਣੋ ਆਵਾਜ਼ ਐ ਮੇਰੇ ਸ਼ੇਰੇ ਰੱਬਾਨੀ। ਦਿਲ ਦੀ ਐ ਮੇਰੇ ਸ਼ੇਰੇ ਸ਼ੇਰੇ ਰੱਬਾਨੀ ਤੇ ਜ਼ਿਆਦਾ ਜ਼ੋਰ ਲਾ ਲਓ। ਐ ਮੇਰੇ ਸ਼ੇਰ ਦਿਲ ਨੂੰ ਕਰੋ ਆਬਾਦ, ਐ ਮੇਰੇ ਸ਼ੇਰ। ਮਕਾਨ ਸ਼ਰੀਫ ਸਦਕਾ ਹਜ਼ਰਤ ਇਮਾਮ ਅਲੀ ਦਾ ਵਾਸਤਾ ਪਾਵਾ ਮੈਂ ਗੋਸ਼ੇ ਜਲੀ ਦਾ ਦੂਰ ਕਰੋ ਉਹ ਫਤਾ ਦੀਏ ਮੇਰੇ ਸ਼ੇਰੇ ਰੱਬਾਨੀ। ਦਿਲ ਦੀ ਤੇਰੀ ਇੱਜ਼ਤ ਅਜ਼ਮਤ ਆਲਾ ਪੀਰਾ, ਤੇਰੀ ਇੱਜ਼ਤ ਅਜ਼ਮਤ ਆਲਾ ਫੈਮ ਅਦਰਾਕ ਤੋਂ ਬਾਲਾ। ਮੇਰੇ ਆਕਾ ਨਿਮਤ ਸੈਯਦੀ ਦਾ ਮੁਰਸ਼ਦੀ ਹਜ਼ੂਰ ਸ਼ਬੀਏ ਸ਼ੇਰ ਰਬਾਨੀ ਦੀ ਜ਼ਬਾਨ ਮੁਬਾਰਕ ਚੋਂ ਮੈਂ ਖੁਦ ਸੁਣਿਆ ਗੱਲ ਕੋਈ ਤੇ ਫਰਮਾਉਂਦੇ ਨੇ ਪੀਰ ਜੀ ਮੀਆਂ ਸਾਹਿਬ ਕੁਤਬੇ ਮਦਾਰ ਵੀ ਸਨ ਤੇ ਕੁਤਬੁਲ ਅਰਸ਼ਾਦ ਵੀ ਸਨ।
ਤੇਰੀ ਇੱਜ਼ਤ ਅਜ਼ਮਤ ਆਲਾ ਮੇਰੇ ਫੇਮ ਅਦਰਾਕ ਤੋਂ ਬਾਲਾ ਮੀਆਂ ਸਾਹਿਬ ਤੂੰ ਕੁਤਬੇ ਇਰਸ਼ਾਦ ਸੋਹਣਿਆ ਇਰਸ਼ਾਦ ਐ ਮੇਰੇ ਸ਼ੇਰੇ ਰਬਾਨੀ ਦਿਲ ਦੀ ਜਿਸ ਦਮ ਮੌਤ ਨਾ ਵੇਲਾ ਆਵੇ ਜਾਨ ਜਾਵੇ ਪਰਿਓ ਤੋਂ ਜਾਵੇ ਆਵੇ ਜਦੋਂ ਤੇਰੀ ਯਾਦ ਕਲਮਾ ਸ਼ਰੀਫ ਤੋਂ ਬਾਅਦ ਬਾਈ ਮਾਨ ਜਾਈਏ ਤੇ ਮੀਆਂ ਸਾਹਿਬ ਦੀ ਸਾਹਮਣੇ ਜ਼ਿਆਰਤ ਆਵੇ ਜਦੋਂ ਤੇਰੀ ਯਾਦ ਐ ਮੇਰੇ ਸ਼ੇਰੇ ਸੂਫੀ ਮੁਹੰਮਦ ਅਰਸ਼ਦ ਸਾਹਿਬ ਸਨ ਪਤਾ ਨਹੀਂ ਐਨ ਕਿ ਨਹੀਂ ਉਹਨਾਂ ਲਿਖੀ ਹੈ ਕੈਲਵਾਲ ਸਿੰਘ ਦੇ ਮੁਰੀਦ ਸਨ ਇਹ ਉਹਨਾਂ ਦਾ ਕਲਾਮ ਅਰਸ਼ਦ ਨੂੰ ਨਾ ਦੂਰ ਹਟਾਵੀ ਸਾਰੇ ਅੱਜ ਦੀ ਗੱਲ ਕਰਨ ਲੱਗਾ ਨਾ ਮੈਂ ਸਾਰੇ ਕਰ ਲਓ ਅਰਸ਼ਦ ਨੂੰ ਨਾ ਗੁਲਾਮਾਂ ਨੂੰ ਨਾ ਦੂਰ ਹਟਾਵੀ ਖੈਰ ਗਰੀਬ ਦੀ ਝੋਲੀ ਪਾਵੀ ਪੀਰਾ ਸਦਾ ਰਵੇ ਆਬਾਦ ਐ ਮੇਰੇ ਸ਼ੇਰੇ ਰਬਾਨੀ ਤਿੰਨ ਵਾਰੀ ਆਖੋ ਸਦਾ ਰਵੇਆ ਬਾਦ ਐ ਮੇਰੇ ਸ਼ੇਰੇ ਰਬਾਨੀ ਸਦਾ ਰਵੇਆ ਬਾਦ ਹੋਰਾਂਗੇ ਹੋਰ ਵੀ ਹੋਵਣਗੇ ਮੇਰਾ ਤੇਰੇ ਸਿਵਾ ਕੋਈ ਹੋਰ ਨਹੀਂ ਸਦਾ ਰਵੇਆ ਬਾਦ ਐ ਮੇਰੇ ਸ਼ੇਰੇ ਰਬਾਨੀ ਦਿਲ ਜਮਾਤਾਂ ਦੇ ਨੇੜੇ ਟਾਈਮ ਪਹੁੰਚਣ ਵਾਲਾ ਜਿਹਨਾਂ ਦੇ ਵੂਜ਼ੂ ਨਹੀਂ ਵੂਜ਼ੂ ਕਰੋ ਜਾਂ ਮੇਰਾ ਮੈਂ ਨਹੀਂ ਠਹਿਰੋ ਇਹ ਨਕੀਬੇ ਮਹਿਫਲ ਜਿਹੜੇ ਨੇ ਉਹ ਐਲਾਨ ਕਰਨ ਇਸ ਤੋਂ ਬਾਅਦ ਕੀ ਕਰਨਾ ਹੈ ਮੈਂ ਇਜਾਜ਼ਤ ਚਾਹਾਂਗਾ।